ਸਤਿ ਸ੍ਰੀ ਅਕਾਲ ਅਦਾਬ ਨਮਸਤੇ ਤੇ ਗੁੱਡ ਆਫਟਰਨੂਨ ਮੈਂ ਤੁਹਾਡਾ ਦੋਸਤ ਤੇ ਹੋਸਟ ਨਿਕ ਬਾਟ ਫਿਲਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਜੁੜਿਆ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਕਾਰੋਬਾਰ ਪੰਜਾਬੀਆਂ ਦੇ ਜਿਸ ਤਰ੍ਹਾਂ ਕਿ ਹਰ ਹਫ਼ਤੇ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਬੁੱਧਵਾਰ ਨੂੰ ਕਾਰੋਬਾਰ ਪੰਜਾਬੀਆਂ ਦੇ ਜਿਸ ਦੇ ਵਿੱਚ ਅਸੀਂ ਵੱਖਰੇ ਵੱਖਰੇ ਕਾਰੋਬਾਰਾਂ ਦੇ ਨਾਲ ਤੁਹਾਨੂੰ ਜਾਣੂ ਕਰਾਉਂਦੇ ਹਾਂ ਅਤੇ ਉਸ ਕਾਰੋਬਾਰ ਦੇ ਪਿੱਛੇ ਜਿਹੜੀ ਲੱਗੀ ਹੋਈ ਮਿਹਨਤ ਦੇ ਨਾਲ ਵੀ ਤੁਹਾਨੂੰ ਜਾਣੂ ਕਰਾਉਂਦੇ ਹਾਂ ਅਤੇ ਉਸ ਕਾਰੋਬਾਰ ਨੂੰ ਸਟੈਬਲਿਸ਼ ਕਰਨ ਦੇ ਵਿੱਚ ਕਿੰਨੇ ਸਾਲ ਲੱਗੇ ਨੇ ਅਤੇ ਕਿੰਨੇ ਸਾਲਾਂ ਤੋਂ ਚਲਾ ਰਹੇ ਨੇ ਉਸ ਦੇ ਬਾਰੇ ਵੀ ਜਾਣੂ ਕਰਾਉਂਦੇ ਹਾਂ ਅਤੇ ਉਸ ਕਾਰੋਬਾਰ ਦੀ ਸਪੈਸ਼ਲਿਟੀ ਕੀ ਹੈਗੀ ਆ ਉਸ ਦੇ ਨਾਲ ਵੀ ਅਸੀਂ ਤੁਹਾਨੂੰ ਹਰ ਹਫ਼ਤੇ ਜਾਣੂ ਕਰਾਉਂਦੇ ਹਾਂ। ਸੋ ਇਸ ਹਫ਼ਤੇ ਅਸੀਂ ਜਿਹੜੇ ਤੁਹਾਡੇ ਲਈ ਮਹਿਮਾਨ ਲੈ ਕੇ ਆਏ ਹਾਂ ਉਹ ਰੈਸਟੋਰੈਂਟ ਇੰਡਸਟਰੀ ਦੇ ਨਾਲ ਜੁੜੇ ਨੇ ਕਾਫ਼ੀ ਅਰਸੇ ਤੋਂ। ਜਿਸ ਤਰ੍ਹਾਂ ਤੁਹਾਨੂੰ ਪਤਾ ਵਾ ਦਰਸ਼ਕੋ ਕਿ ਕਿੰਗ ਆਫ ਪਰਸ਼ੀਆ ਦਾ ਜਿਹੜਾ ਏਰੀਆ ਹੈਗਾ ਵਾ ਪੈਨਸਲਵੇਨੀਆ ਦੇ ਵਿੱਚ ਫਿਲਾਡਲਫੀਆ ਤੋਂ ਬਹੁਤ ਹੀ ਕਰੀਬ ਆ, ਉੱਥੇ ਇਹਨਾਂ ਦਾ ਕਾਫ਼ੀ ਅਰਸੇ ਤੋਂ ਸਟੈਬਲਿਸ਼ ਸੀਗਾ ਬਿਜ਼ਨਸ ਟੇਸਟ ਆਫ ਇੰਡੀਆ। ਅਤੇ ਹੁਣ ਇਹ ਉੱਥੋਂ ਹੋਰ ਥੋੜ੍ਹਾ ਅੱਗੇ ਚਲੇ ਜਾਓ ਤਾਂ ਜਿੱਥੇ ਫਿਲਾਡਲਫੀਆ ਆਊਟਲੈਟ ਮਾਲ ਹੈਗਾ ਵਾ ਉਸਦੇ ਲਾਗੇ ਇਹਨਾਂ ਨੇ ਨਵੀਂ ਮਾਡਰਨ ਕਿਚਨ ਵਿਦ ਬੈਂਕੁਏਟ ਹਾਲ, ਅਬਾਊਟ 100 to 150 ਪੀਪਲਸ ਦੀ ਤੁਸੀਂ ਉੱਥੇ ਪਾਰਟੀ ਕਰ ਸਕਦੇ ਹੋ ਅਤੇ ਕੇਟਰਿੰਗ ਦੇ ਵਿੱਚ ਪੂਰੇ ਏਰੀਏ ਦੇ ਵਿੱਚ ਇਹਨਾਂ ਨੂੰ ਜਾਣਿਆ ਜਾਂਦਾ ਵਾ ਅਤੇ ਬਹੁਤ ਹੀ ਲੰਬੇ ਅਰਸੇ ਤੋਂ ਇਸ ਬਿਜ਼ਨਸ ਦੇ ਵਿੱਚ ਨੇ ਕਿਉਂਕਿ ਹੁਣ ਜਿਸ ਤਰ੍ਹਾਂ ਪੈਂਡੈਮਿਕ ਦੇ ਦੌਰ 'ਚੋਂ ਆਪਾਂ ਨਿਕਲੇ ਹਾਂ ਬਹੁਤ ਕੁਛ ਜਿਹੜਾ ਸੀਗਾ, ਖਾਸ ਕਰਕੇ ਆਪਾਂ ਗੱਲ ਕਰੀਏ ਰੈਸਟੋਰੈਂਟ ਇੰਡਸਟਰੀ ਦੀ, ਉਹਨਾਂ ਨੂੰ ਬਹੁਤ ਸਾਰਾ ਲੌਸ ਹੋਇਆ ਅਤੇ ਉਸ ਦੇ ਨਾਲ ਹੀ ਇੱਕ ਨਵੀਂ ਪਰੰਪਰਾ ਚੱਲ ਪਈ ਉਸ ਦੇ ਵਿੱਚ ਕਿ ਡਿਲੀਵਰੀ ਦਾ, ਅਤੇ ਇਹਨਾਂ ਦੇ ਕੋਲ ਜਿਹੜੇ ਡਿਲੀਵਰੀ ਦੇ ਵੀ ਸਾਰੇ ਮੈਥਡਸ ਨੇ ਉਹ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਨਾਲ ਕਰਾਂਗੇ ਅਤੇ ਸਵਾਗਤ ਕਰਦੇ ਹਾਂ ਜਿਹੜੇ ਕਿ ਟੇਸਟ ਆਫ ਇੰਡੀਆ ਦੇ ਓਨਰ ਨੇ ਮਾਡਰਨ ਕਿਚਨ ਹੈਗੀ ਆ ਸਰਦਾਰ ਬਲਵਿੰਦਰ ਸਿੰਘ। ਬਲਵਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਜਸ ਪੰਜਾਬੀ ਤੇ। ਓਕੇ ਸਰ, ਸਤਿ ਸ੍ਰੀ ਅਕਾਲ ਜੀ, ਬਹੁਤ ਸ਼ੁਕਰੀਆ। ਹਾਂਜੀ ਸਰ, ਆਪਾਂ ਗੱਲ ਜਦੋਂ ਕਰਦੇ ਹਾਂ ਰੈਸਟੋਰੈਂਟ ਇੰਡਸਟਰੀ ਦੀ ਕਾਫੀ ਚੀਜ਼ਾਂ ਚੋਂ ਨਿਕਲੇ ਨੇ, ਕਾਫੀ ਲੋਸਿਸ ਵੀ ਹੋਏ ਨੇ, ਕਾਫੀ ਮੁਸੀਬਤਾਂ ਔਕੜਾਂ ਸਹਿਣੀਆਂ ਪਈਆਂ, ਹਨਾ? ਹਾਂਜੀ ਹਾਂਜੀ, ਕਾਫੀ ਹਾਂਜੀ ਕਾਫੀ ਸਟਰਗਲ। ਹਾਂਜੀ, ਸਭ ਤੋਂ ਜ਼ਿਆਦਾ ਜਿਹੜੇ ਇਫੈਕਟਿਵ ਹੋਈ ਆ ਇਹੋ ਇੰਡਸਟਰੀ ਹੋਈ ਆ, ਉਹ ਗੱਲ ਆਪਾਂ ਬਾਤ ਕਰਾਂਗੇ, ਪਰ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਅਮਰੀਕਾ ਕਦੋਂ ਆਏ ਤੇ ਪਿਛੋਕੜ ਕਿੱਥੋਂ ਆ ਤੁਹਾਡੀ? ਪੰਜਾਬ ਤੋਂ? ਪੰਜਾਬ ਤੋਂ ਹੀ, ਮੇਰਾ ਹੈਗਾ ਨਵਾਂ ਸ਼ਹਿਰ ਜ਼ਿਲ੍ਹਾ ਤੇ ਪਿੰਡ ਮੇਰਾ ਘਟਾਰੋਂ, ਤੇ ਮੈਂ ਆਇਆ ਆਲਮੋਸਟ 88 ਚ ਆਇਆ ਸੀ। ਜੀ ਸਰ, ਹਾਂਜੀ, ਫਿਰ 88 ਤੁਸੀਂ ਆਏ ਤਾਂ ਉਦੋਂ ਤੋਂ ਹੀ ਇਸ ਇੰਡਸਟਰੀ ਦੇ ਵਿੱਚ ਹੋ ਕਿ ਪਹਿਲਾਂ ਹੋਰ? ਹਾਂਜੀ, ਨਹੀਂ ਪਹਿਲਾਂ ਤੋਂ ਬਸ ਰੈਸਟੋਰੈਂਟ ਦੀ ਲਾਈਨ ਚ ਹੀ ਪਏ ਆ ਜਦ ਦੇ ਆਏ ਅਮਰੀਕਾ ਚ। ਜੀ, ਅਮਰੀਕਾ ਜਾ ਕੇ ਪਹਿਲਾਂ ਕੰਮ ਕੀਤਾ, ਫਿਰ ਰੈਸਟੋਰੈਂਟ ਖੋਲਿਆ ਫਿਨਿਸ਼ਵੇਲ, ਸਾਡੇ ਫਾਦਰ ਸਾਹਿਬ ਨੇ ਖੋਲਿਆ ਫਿਨਿਸ਼ਵੇਲ ਰੈਸਟੋਰੈਂਟ, ਫਸਟ ਟਾਈਮ ਫਿਨਿਸ਼ਵੇਲ ਰੈਸਟੋਰੈਂਟ ਖੋਲਿਆ ਟੇਸਟ ਆਫ ਇੰਡੀਆ। ਹਾਂਜੀ, 2019 ਚ ਖੋਲਿਆ ਸੀ ਉੱਥੇ ਅਸੀਂ। 2019 ਚ ਫਿਨਿਸ਼ਵੇਲ ਖੋਲਿਆ, ਉਸ ਤੋਂ ਬਾਅਦ ਫਿਰ ਅਸੀਂ ਮੂਵ 1990 ਚ। ਹਾਂਜੀ 1990, ਹਾਂਜੀ ਹਾਂਜੀ 99 ਚ ਫਿਨਿਸ਼ ਵੇਲੇ ਤੋਂ ਖੋਲ ਕੇ ਫਿਰ ਅਸੀਂ ਖੋਲਿਆ ਵੇਨ ਦੇ ਵਿੱਚ 97 ਤੋਂ ਲੈ ਕੇ ਫਿਰ ਵੇਨ ਦੇ ਵਿੱਚ, ਫਿਰ ਉਸ ਤੋਂ ਬਾਅਦ ਇੱਕ ਖੋਲਿਆ ਸੀ ਆਪਣੇ ਐਲਨਟਾਊਨ ਵੀ ਖੋਲਿਆ, ਉਹ ਵੇਚਿਆ ਸੀ ਐਲਨਟਾਊਨ ਵਾਲਾ, ਤੇ ਫਿਰ ਕਾਫੀ ਟਾਈਮ ਫਿਰ ਵੇਨ ਚ ਰਹੇ, ਵੇਨ ਤੋਂ ਬਾਅਦ ਕੇਟਰਿੰਗ ਵੀ ਸਾਰਾ ਕੁਝ ਕਰਿਆ, ਫਿਰ ਅਸੀਂ ਇੱਥੇ ਆਪਣੇ ਹੁਣ ਆਹ ਨਵੀਂ ਲੋਕੇਸ਼ਨ ਇੱਥੇ ਖੋਲੀ ਆ। ਉੱਥੇ ਬਫੇ ਜ਼ਿਆਦਾ ਚੱਲਦੇ ਸੀ, ਆਫਿਸ ਹੁਣ ਲੋਕ ਸਭ ਵੀ ਘਰਾਂ ਤੋਂ ਕੰਮ ਕਰਦੇ ਆ ਤੇ ਰੈਸਟੋਰੈਂਟ ਹੁਣ ਆਉਂਦੇ ਨੀ ਉੱਥੇ, ਇਸੇ ਕਰਕੇ ਉੱਥੇ ਰੈਂਟ ਵੀ ਸੀ ਤੇ ਤਾਂ ਫਿਰ ਤਾਂ ਸਾਨੂੰ ਮੂਵ ਹੋਣਾ ਪਿਆ ਇੱਥੇ, ਇਹ ਲੋਕੇਸ਼ਨ ਵਧੀਆ ਸਾਨੂੰ। ਇੱਥੇ ਵੀ ਆਲਮੋਸਟ ਸਾਨੂੰ ਹੋ ਗਿਆ ਉਹਦਾ 3-3 ਸਾਲ ਹੋ ਚੱਲੇ ਇੱਥੇ ਵੀ ਸਾਨੂੰ। ਜੀ ਹਾਂਜੀ ਜੀ, ਤੁਸੀਂ ਪਹਿਲਾਂ ਨਾਂ ਵੀ ਚੇਂਜ ਕਰਤਾ ਸੀਗਾ, ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਨਾਂ ਚੇਂਜ ਕੀਤਾ ਸੀਗਾ ਤੇ ਉਹ ਸੇਮ ਓਨਰ ਨੇ, ਸੇਮ ਰੈਸਟੋਰੈਂਟ ਹੈਗਾ ਵਾ ਤੇ ਨਾਂ ਦੁਬਾਰਾ ਫਿਰ ਉਹ ਪੁਰਾਣਾ ਤੁਸੀਂ ਰੱਖ ਲਿਆ ਵਾ, ਤੇ ਉਹ ਜਿਹੜਾ ਨਾਂ ਚੇਂਜ ਕੀਤਾ ਸੀ ਰੈਸਟੋਰੈਂਟ ਦਾ ਉਹ ਕਿਹੜਾ ਨਾਂ ਸੀਗਾ? ਪਹਿਲਾਂ ਇੰਡੀਅਨ ਕਿਚਨ ਸੀ ਉਹ ਮੇਰੇ ਨਾਲ
ਦੇ ਨਾਲ ਸੀ ਮੇਰਾ ਸਾਂਝੀ ਸੀ ਕਿਹਨਾਂ ਤਾਂ ਇੰਡੀਅਨ ਕਿਚਨ ਰੱਖਿਆ ਜੀ ਫੇਰ ਮੈਂ ਉਧਰਲਾ ਕਿੰਗ ਆਫ ਪ੍ਰਸ਼ੀਆ ਵਾਲਾ ਬੰਦ ਕਰਨੇ ਕਰਕੇ ਫੇਰ ਮੈਂ ਇਹ ਆਪਣਾ ਨਾਮ ਇੱਥੇ ਆਪਣਾ ਉਹ ਟੇਸਟ ਆਫ ਇੰਡੀਆ ਰੱਖਿਆ ਨਾ ਕੇ ਜੀ ਦਰਸ਼ਕਾਂ ਨੂੰ ਆਪਾਂ ਦੱਸ ਦੇਣਾ ਚਾਹਾਂਗੇ ਕਿ ਜਿਹੜਾ ਇੰਡੀਅਨ ਕਿਚਨ ਦੇ ਨਾਂ ਨਾਲ ਵੀ ਤੁਸੀਂ ਸ਼ਾਇਦ ਸੁਣਿਆ ਆਏਗਾ ਤਾਂ ਟੇਸਟ ਆਫ ਇੰਡੀਆ ਜਿਹੜਾ ਕਿ ਕਿੰਗ ਆਫ ਪ੍ਰਸ਼ੀਆ ਜਾਂ ਵੇਨ ਦੇ ਵਿੱਚ ਜਿਹੜੀਆਂ ਦੋ ਲੋਕੇਸ਼ਨ ਸੀਗੀਆਂ ਉਹ ਦੋਵਾਂ ਨੂੰ ਜੋੜ ਕੇ ਇੱਕ ਵੱਡੀ ਲੋਕੇਸ਼ਨ ਇਹਨਾਂ ਨੇ ਇਸ ਟਾਈਮ ਸਟੈਬਲਿਸ਼ ਕੀਤੀ ਆ ਜਿਹੜਾ ਕਿ ਜਿਹਨੂੰ ਆਪਾਂ ਪ੍ਰੀਮੀਅਮ ਆਊਟਲੈਟ ਮਾਲ ਜਿਹੜਾ ਹੈਗਾ ਵਾ ਫਿਲਾਡੈਲਫੀਆ ਜਿਹਨੂੰ ਕਹਿੰਦੇ ਆ ਉਸ ਦੇ ਲਾਗੇ ਆ ਤੇ ਰੂਟ 422 ਦੇ ਉੱਪਰ ਜਦੋਂ ਆਪਾਂ ਜਾਂਦੇ ਹਾਂ ਉਹਦੇ ਉੱਪਰ ਹੀ ਇਹਦਾ ਐਗਜ਼ਿਟ ਆਉਂਦਾ ਜਿਹੜਾ ਪ੍ਰੀਮੀਅਮ ਆਊਟਲੈਟ ਦਾ ਉੱਥੋਂ ਲੈਫਟ ਨੂੰ ਲਓਗੇ ਤਾਂ ਮਾਲ ਆ ਜਾਂਦਾ ਵਾ ਰਾਈਟ ਨੂੰ ਮੁੜੋਗੇ ਤਾਂ ਇਹਨਾਂ ਦਾ ਰੈਸਟੋਰੈਂਟ ਆ ਜਾਂਦਾ ਵਾ ਤੇ ਆਪਾਂ ਜਿਹੜੀਆਂ ਆਪਣੀਆਂ ਸਪੈਸ਼ਲਿਟੀਜ਼ ਕੀ ਨੇ ਰੈਸਟੋਰੈਂਟ ਦੇ ਵਿੱਚ ਕਹਿੰਦੇ ਆ ਸਰ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜਿਸ ਤਰ੍ਹਾਂ ਮਨਚੂਰੀਅਨ ਹੋ ਗਿਆ ਹੋਰ ਕਈ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਕਾਫੀ ਚੀਜ਼ਾਂ ਨਵੀਆਂ ਕਾਫੀ ਚੀਜ਼ਾਂ ਹੁਣ ਕਿੱਦਾਂ ਆਪਾਂ ਨਵੀਆਂ ਪਾਉਂਦੇ ਹਾਂ ਸਪੈਸ਼ਲ ਵੀਕਐਂਡ ਤੇ ਪਾਉਂਦੇ ਹਾਂ ਵੀਕਐਂਡ ਤੇ ਹੁੰਦੀਆਂ ਕਿੱਦਾਂ ਸਪੈਸ਼ਲ ਆਪਣੇ ਤਿੰਨ ਚਾਰ ਆਈਟਮਾਂ ਆਪਾਂ ਸਪੈਸ਼ਲ ਰੱਖਦੇ ਹਾਂ ਕਿੱਦਾਂ ਮੈਨਿਊ ਚ ਨਹੀਂ ਹੁੰਦੀਆਂ ਉਹ ਆਪਾਂ ਸਪੈਸ਼ਲ ਵੀਕਐਂਡ ਤੇ ਬਣਾਉਂਦੇ ਹਾਂ ਕਿੱਦਾਂ ਹੁਣ ਆਪਣੇ ਸੰਡੇ ਨੂੰ ਲੰਚ ਦੇ ਵਿੱਚ ਮੱਕੀ ਦੀ ਰੋਟੀ ਹੋ ਗਈ ਸਰੋਂ ਦਾ ਸਾਗ ਹੋ ਗਿਆ ਕੜੀ ਹੋ ਗਈ ਇੱਦਾਂ ਥਾਲੀ ਸਿਸਟਮ ਆਪਾਂ ਉਹ ਦਿੰਦੇ ਹਾਂ ਲੰਚ ਦੇ ਵਿੱਚ ਸੰਡੇ ਨੂੰ ਸੈਚਰਡੇ ਨੂੰ ਕਿੱਦਾਂ ਛੋਲੇ ਭਟੂਰੇ ਹੋ ਗਏ ਛੋਲੇ ਭਟੂਰੇ ਚੱਲਦੇ ਆ ਤੇ ਨਾਲ ਆਪਣੇ ਡੋਸਾ ਉਹ ਸਿਰਫ ਲੰਚ ਚ ਦੋ ਦਿਨ ਡੋਸਾ ਰੱਖਦੇ ਆ ਬਾਕੀ ਦਿਨ ਨੀ ਰੱਖਦੇ ਅਸੀਂ ਹੈਗੇ ਸੰਡੇ ਫਰਾਈਡੇ ਤਿੰਨ ਦਿਨ ਲੰਚ ਕਿੱਦਾਂ ਸਪੈਸ਼ਲ ਤਿੰਨੇ ਦਿਨ ਵੱਖਰਾ ਸੰਡੇ ਨੂੰ ਆਲਮੋਸਟ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਹੁੰਦਾ ਜੀ ਸੋ ਜਿਹੜੇ ਵੀ ਸਾਡੇ ਦਰਸ਼ਕ ਉਸ ਏਰੀਆ ਦੇ ਵਿੱਚ ਦੇਖ ਰਹੇ ਨੇ ਫੋਨ ਨੰਬਰ ਵੀ ਥੱਲੇ ਆ ਰਿਹਾ ਵਾ 6102005232 ਉਸ ਦੇ ਉੱਪਰ ਕਾਲ ਕਰਕੇ ਬਾਕੀ ਇਹਨਾਂ ਦੇ ਤੁਸੀਂ ਗ੍ਰਬ ਹੱਬ ਦੇ ਉੱਪਰੋਂ ਜਾਂ ਡੋਰ ਡੈਸ਼ ਹੋ ਗਿਆ ਉਬਰ ਈਟ ਹੋ ਗਿਆ ਉਹ ਸਾਰਿਆਂ ਦੇ ਉੱਪਰ ਇਹਨਾਂ ਦੇ ਅਕਾਊਂਟ ਨੇ ਤੁਸੀਂ ਡਿਲੀਵਰੀ ਕਰਾ ਸਕਦੇ ਹੋ ਤੇ ਅਗਲੇ ਸੈਕਿੰਡ ਦੇ ਵਿੱਚ ਤੁਹਾਨੂੰ ਅਸੀਂ ਉਹ ਵੀ ਦੱਸਾਂਗੇ ਕਿ ਇਹਨਾਂ ਦਾ ਕੇਟਰਿੰਗ ਦਾ ਜਾਂ ਪਾਰਟੀ ਦਾ ਜਾਂ ਕਿੰਨੇ ਲੋਕਾਂ ਦੀ ਕਪੈਸਿਟੀ ਹੈਗੀ ਆ ਜਿੰਨੀ ਵੀ ਇਹਨਾਂ ਕੋਲ ਕਪੈਸਿਟੀ ਹੈਗੀ ਆ ਉਹਨੂੰ ਹੋਰ ਐਕਸਟੈਂਡ ਕਰਨ ਲੱਗੇ ਨੇ ਵਿਦ ਇਨ ਕਪਲ ਮੰਥਸ ਸੋ ਜ਼ਰੂਰ ਵਿਜ਼ਿਟ ਕਰੋ ਜਾਓ ਇਹਨਾਂ ਦਾ ਫੂਡ ਖਾ ਕੇ ਦੇਖੋ ਇੱਕ ਇੰਨੇ 1990 ਤੋਂ ਲੈ ਕੇ ਹੁਣ ਤੱਕ ਜੇ ਆਪਾਂ ਦੇਖੀਏ ਤਾਂ ਆਲਮੋਸਟ 31 ਈਅਰ ਦਾ ਐਕਸਪੀਰੀਅੰਸ ਹੈਗਾ ਇਹਨਾਂ ਦਾ ਤਾਂ ਜਿਸ ਤਰ੍ਹਾਂ ਮੈਂ ਤਸਵੀਰ ਦੇਖ ਰਿਹਾ ਵਾ ਆਹ ਪਾਸਤਾ ਹੈਗਾ ਵਾ ਜੋ ਕੇਟਰਿੰਗ ਦੇ ਵਿੱਚ ਤੁਸੀਂ ਕੁਛ ਵੀ ਇਹਨਾਂ ਕੋਲੋਂ ਲੈ ਸਕਦੇ ਹੋ ਇਟਾਲੀਅਨ ਇੰਡੋ ਚਾਈਨੀਜ਼ ਇੰਡੀਅਨ ਫੂਡ ਇੰਡੀਅਨ ਫਿਊਜ਼ਨ ਕੁਛ ਵੀ ਤੁਸੀਂ ਕੇਟਰਿੰਗ ਦੇ ਵਿੱਚ ਇਹਨਾਂ ਕੋਲ ਲੈ ਸਕਦੇ ਹਾਂ ਕਿਉਂਕਿ ਇਹਨਾਂ ਦੀ ਟੀਮ ਬਹੁਤ ਵੱਡੀ ਹੈਗੀ ਆ ਤਾਂ ਉਹ ਕ੍ਰੀਏਟ ਕਰ ਸਕਦੇ ਨੇ ਕਈ ਵਾਰ ਕੀ ਹੁੰਦਾ ਆ ਕਿ ਕਈ ਮੈਰਿਜ ਪਾਰਟੀਜ਼ ਹੁੰਦੀਆਂ ਨੇ ਉਹ ਮੈਂ ਗੱਲ ਅਗਲੇ ਸੈਗਮੈਂਟ ਦੇ ਵਿੱਚ ਕਰੂੰਗਾ ਤੇ ਸਰ ਜੀ ਜਿਹੜੀ ਆਪਾਂ ਗੱਲ ਕਰਦੇ ਸੀਗੇ ਜਿਹੜਾ ਆਹ ਪੈਂਡੈਮਿਕ ਦੇ ਵਿੱਚ ਜਿਹੜਾ ਟਾਈਮ ਲੰਘਿਆ ਸਭ ਉਸ ਦੇ ਵਿੱਚ ਫਿਰ ਕਿੱਦਾਂ ਸਰਵਾਈਵ ਕੀਤਾ ਤੁਸੀਂ ਉਹਦੇ ਵਿੱਚ ਜੀ ਕਾਫੀ ਮੁਸ਼ਕਲਾਂ ਆਈਆਂ ਇਸੇ ਕਰਕੇ ਉੱਧਰ ਇੱਕ ਬੰਦ ਕਰਨਾ ਪਿਆ ਤੇ ਬਾਕੀ ਲੇਬਰ ਦਾ ਆਪਾਂ ਨੂੰ ਕਿੱਦਾਂ ਆਪਣਾ ਫੈਮਿਲੀ ਬਿਜ਼ਨਸ ਹੈਗਾ ਕਰਕੇ ਆਪ ਕੰਮ ਕਰਕੇ ਸਰ ਜਾਂਦਾ ਨਹੀਂ ਤਾਂ ਹੁਣ ਦੇਖੋ ਅੱਧਾ ਦਿਨ ਕੋਈ ਆਊਗਾ ਅੱਧਾ ਦਿਨ ਨਹੀਂ ਅਗਲਾ ਆਉਂਦਾ ਅਗਲਾ ਪੇ ਅੱਧਾ ਦਿਨ ਕੰਮ ਕਰਾਂਗੇ ਤਾਂ ਪੇ ਤਾਂ ਪੂਰੀ ਦੇਣੀ ਪਊਗੀ ਅਗਲੇ ਨੂੰ ਬਾਕੀ ਪਿਆਂ ਦੇ ਇਹਦੇ ਕਰਕੇ ਥੋੜਾ ਜਿਹਾ ਪ੍ਰੋਬਲਮ ਜ਼ਿਆਦਾ ਆਈ ਆ ਕਿਉਂਕਿ ਜਿੱਦਾਂ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਮੈਂ ਵੀ ਇੱਚੋ ਵਿਚਰਿਆ ਵਾ ਕੀਤਾ ਵਾ ਥੋੜ੍ਹਾ ਬਹੁਤ 5-6 ਸਾਲ ਪਹਿਲਾਂ ਤਾਂ ਇਸ ਦੇ ਵਿੱਚ ਟੀਮ ਬਹੁਤ ਹੁੰਦੀ ਆ ਲਾਈਕ ਜਿੱਦਾਂ ਈਟਿੰਗ ਦੇ ਵਿੱਚ ਤੇ ਤੁਹਾਡੇ ਜਿਹੜਾ ਸਟਾਫ ਹੁੰਦਾ ਵਾ ਉਹ ਜਿੱਥੇ ਵੇਟਰ ਦਾ ਕੰਮ ਕਰਦੇ ਨੇ ਉੱਥੇ ਪਿੱਛੇ ਕਿਚਨ ਦੇ ਵਿੱਚ ਵੀ ਸਪੋਰਟ ਕਰਦੇ ਆ ਤੇ ਉਹ ਉਹਨਾਂ ਨੂੰ ਆਪਾਂ ਉਸ ਤਰੀਕੇ ਨਾਲ ਹਾਇਰ ਕੀਤਾ ਹੁੰਦਾ ਵਾ ਕਿ ਸਾਡੀ ਕਿਚਨ 'ਚ ਵੀ ਸਪੋਰਟ ਕਰਦੇ ਆ ਤੇ ਵੇਟਰ ਜਦੋਂ ਬਾਹਰ ਲੋੜ ਹੈਗੀ ਆ ਜਾਂ ਕੈਟਰਿੰਗ 'ਚ ਲੋੜ ਹੈਗੀ ਆ 2-4 ਬੰਦੇ ਵੱਧ ਰੱਖਣੇ ਪੈਂਦੇ ਹਮੇਸ਼ਾ ਪਰ ਉਸ ਦੇ ਵਿੱਚ ਮੈਂ ਦਰਸ਼ਕਾਂ ਦੱਸਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਟੀਮ ਘਰ ਦੀ ਟੀਮ ਆ ਤੁਸੀਂ 4 ਜਾਣੇ ਹੋ ਹਸਬੈਂਡ ਵਾਈਫ ਬੇਟਾ ਬੇਟੀ ਤਾਂ ਉਹ ਵੀ ਤੁਹਾਡੀ ਪੂਰੀ ਸਪੋਰਟ ਕਰਦੇ ਨੇ ਇਹ ਇੱਕ ਇਹ ਵੀ ਬਹੁਤ ਵੱਡੀ ਬਲੈਸਿੰਗ ਹੁੰਦੀ ਹੈ
ਹਾਂਜੀ ਯੋਗਦਾਨ ਬੱਚੇ ਵੀਕਐਂਡ ਤੇ ਆ ਕੇ ਨਾਲ ਹੈਲਪ ਕਰਾਉਂਦੇ ਆ ਤੇ ਬੱਚਿਆਂ ਦੇ ਨਾਲ ਫਿਰ ਹੈਲਪ ਹੋ ਜਾਂਦੀ ਕਾਫੀ ਬੰਦਾ ਆਪ ਵੀ ਕਈ ਵਾਰ ਛੁੱਟੀ ਕਰਨੀ ਹੋਵੇ ਤਾਂ ਫਿਰ ਹੋ ਜਾਂਦੀ ਨਹੀਂ ਤਾਂ ਛੁੱਟੀ ਵੀ ਨਹੀਂ ਹੁੰਦੀ ਹੈਗੀ ਹੈਗੀ ਇਸ ਕੰਮ 'ਚ ਹਾਂਜੀ ਆਉਣਾ ਇੱਕ ਜਾਣੇ ਨੂੰ ਤਾਂ ਆਉਣਾ ਹੀ ਪੈਂਦਾ ਲਾਜ਼ਮੀ ਆਉਣਾ ਹੀ ਪਊਗਾ ਆਪਣੀ ਫਿਰ ਜੇ ਕਿੰਨਾ ਚਿਰ ਆਪਾਂ ਕੰਮ ਕਰਨਾ ਇੱਕ ਬੰਦੇ ਨੂੰ ਆਉਣਾ ਪਊਗਾ ਜੀ ਬਾਕੀ ਆਪਣੀ ਟੀਮ ਆ ਕਿਹੜੀ ਟੀਮ ਵੀ ਆਪਣੀ ਕਿਹੜੀ ਹੈਗੀ ਆ ਆਲਮੋਸਟ ਮੇਰੇ ਕੋਲ ਕਾਫੀ ਪੁਰਾਣੇ ਪੁਰਾਣੇ ਮੁੰਡੇ ਕਿਹੜੇ ਕੰਮ ਕਰਦੇ ਕਾਫੀ ਟਾਈਮ ਟਾਈਮ ਤੋਂ ਕਰਦੇ ਆ ਆਲਮੋਸਟ ਫੈਮਿਲੀ ਮੰਗ ਰਹੀ ਆ ਉਹ ਵੀ ਨਾਲ ਕਿਦਾਂ ਹੈਲਪ ਕਰਦੇ ਪੂਰੀ ਪੂਰੀ ਸਪੋਰਟ ਕਰਦੇ ਨਾਲ ਜੀ ਸਿੱਧਾ ਤੇ ਆਵਰਸ ਕੀ ਹੈਗੇ ਇਸ ਟਾਈਮ ਰੈਸਟੋਰੈਂਟ ਦੇ ਆਵਰ ਸਾਡੇ ਅਸੀਂ 11 ਵਜੇ ਖੋਲਦੇ ਆ 11 ਓ'ਕਲਾਕ ਖੋਲ ਕੇ ਤਾਂ ਸਾਡੇ 2:30 ਤੱਕ ਲੰਚ ਹੁੰਦਾ ਉਸ ਤੋਂ ਬਾਅਦ ਫਿਰ ਡਿਨਰ ਚੱਲ ਪੈਂਦਾ ਰਾਤ ਦੇ 9:30 ਤੱਕ40 ਮਾਈਲ ਉਧਰ ਜਾਂਦੇ ਆ ਤੇ ਤੁਹਾਡਾ ਦੈਟ ਮੀਨਸ ਕਿ 40 ਮਾਈਲ ਜਿਹੜਾ ਤੁਹਾਡਾ ਏਰੀਆ ਤੁਸੀਂ ਇਹਨੂੰ ਘੁਮਾ ਕੇ ਦੇਖ ਲਓ ਤਾਂ ਉੱਥੋਂ ਤੱਕ ਦੇ ਤੇ ਐਟਲੀਸਟ ਸ਼ੋਪਿੰਗ ਕਰਨ ਆਉਂਦੇ ਹੋਣਗੇ ਉੱਥੇ ਲੋਕ ਤੇ ਜਿਹੜੀ ਕਮਿਊਨਿਟੀ ਆਪਣੀ ਕਿੰਗੋ ਪਰਸ਼ੀਆ ਦੇ ਲਾਗੇ ਹੈਗੀ ਆ ਜਿੱਥੇ ਜਿੱਥੇ ਆਪਾਂ ਜਿਹਨਾਂ ਨੂੰ ਆਈ ਟੀ ਇੰਡਸਟਰੀ ਵਾਲੇ ਆ ਜਾਂ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਤੁਹਾਡੇ ਜਿਹੜੇ ਤੁਸੀਂ ਕਹਿ ਰਹੇ ਕਿ ਜਿਹੜੇ ਤੁਹਾਡੇ ਪਰਮਾਨੈਂਟ ਕਸਟਮਰ ਸੀਗੇ ਉਦੋਂ ਪੈਂਡੈਮਿਕ ਦੇ ਵਿੱਚ ਫਿਰ ਜਦੋਂ ਉਹ ਆਫਿਸ ਬੰਦ ਹੋ ਗਏ ਅਤੇ ਘਰੋਂ ਕੰਮ ਕਰਨ ਲੱਗ ਪਏ ਤਾਂ ਉਹ ਥੋੜ੍ਹਾ ਜਿਹਾ ਫਰਕ ਪਿਆ ਤੁਹਾਨੂੰ ਕਿ ਉਹ ਰੈਂਟ ਬਹੁਤ ਜ਼ਿਆਦਾ ਸੀਗਾ ਕਿਉਂਕਿ ਉਹ ਪ੍ਰਾਈਮ ਲੋਕੇਸ਼ਨ ਆ ਕੈਂਗੋ ਪਰਸ਼ੀਆ ਸਾਰਿਆਂ ਨੂੰ ਪਤਾ ਹੈਗਾ ਵਾ ਤਾਂ ਪਰ ਜਿੱਥੇ ਹੁਣ ਤੁਸੀਂ ਹੈਗਾ ਉਹ ਵੀ ਇੱਕ ਪ੍ਰਾਈਮ ਲੋਕੇਸ਼ਨ ਹੈਗੀ ਆ ਸੋ ਦਰਸ਼ਕਾਂ ਦੱਸ ਦਿਓ ਕਿ ਈਟ ਇਨ ਦਾ ਕੀ ਅਰੇਂਜਮੈਂਟ ਹੈਗਾ ਤੁਹਾਡਾ ਹਾਂਜੀ ਬੈਠ ਕੇ ਆਪਣੇ ਹੈਗਾ 50% ਆਪਾਂ ਬਿਠਾ ਸਕਦੇ ਆਪਣੇ ਕੋਲ ਹੈਗਾ ਕੁਐਸਟੀ ਹੈਗੀ ਆ ਬਿਠਾ ਸਕਦੇ ਟੇਬਲ ਲੰਚ ਦੇ ਵਿੱਚ ਵੀ ਡਿਨਰ ਚ ਵੀ ਹੁਣ ਆਲਮੋਸਟ ਥੋੜੇ ਥੋੜੇ ਟੇਬਲ ਅੱਗੇ ਇਹਨਾਂ ਨੂੰ ਜਾਣੀ ਪਹਿਲਾਂ ਤਾਂ ਉੱਕਾ ਹੀ ਬੰਦ ਸੀ ਹੁਣ ਆਲਮੋਸਟ ਆਉਂਦੇ ਆ ਹੁੰਦੇ ਲੱਗਦੇ ਆ ਟੇਬਲ ਸੈਚਰਡੇ ਨੂੰ ਵੀ ਬਾਕੀ ਦਿਨਾਂ ਚ ਵੀ 4-5 ਟੇਬਲ ਲੰਚ ਚ 6-7 ਸ਼ਾਮ ਨੂੰ ਕਿੱਦਾਂ ਟੇਬਲ ਲੱਗ ਜਾਂਦੇ ਜ਼ਿਆਦਾ ਡਿਲੀਵਰੀ ਚੱਲਦੀ ਆ ਡਿਲੀਵਰੀ ਅਸੀਂ ਖੁਦ ਵੀ ਕਰਦੇ ਆ ਡਿਲੀਵਰੀ ਸਾਡੀ ਵੈਬਸਾਈਟ ਤੇ ਜਾਊਂਗਾ tasteofindiapa.com ਤੇ ਜਾਊਂਗੇ ਅਸੀਂ ਆਪ ਵੀ ਡਿਲੀਵਰੀ ਕਰਦੇ ਉਹਦੇ ਉੱਪਰ ਜੀ tasteofindia.com ਇਹਨਾਂ ਦੀ ਵੈਬਸਾਈਟ ਹੈਗੀ ਆ ਉਸ ਦੇ ਉੱਪਰ ਜਾ ਕੇ ਤੁਸੀਂ ਇਹਨਾਂ ਦਾ ਪ੍ਰੋਪਰ ਪੂਰਾ ਮੈਨਿਊ ਵੀ ਦੇਖ ਸਕਦੇ ਹੋ ਤਾਂ ਉਸ ਦੇ ਉੱਪਰ ਇਹ ਜਿਹੜਾ ਇਹਨਾਂ ਦਾ ਪਰਸਨਲ ਕਈ ਵਾਰ ਆਉਂਦਾ ਵਾ ਕਿ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਗ੍ਰਾਹਬਾਬ ਨੂੰ ਕਾਲ ਤੇ ਜਾਂਦੇ ਹਾਂ ਕਿਸੇ ਹੋਰ ਚੀਜ਼ ਤੇ ਜਾਂਦੇ ਹਾਂ ਤਾਂ ਉਹ ਥੋੜ੍ਹਾ ਟਾਈਮ ਜ਼ਿਆਦਾ ਲਾ ਦਿੰਦੇ ਆ ਪਰ ਜੇ ਤੁਸੀਂ ਇਹਨਾਂ ਨੂੰ ਸਿੱਧੀ ਕਾਲ ਕਰਕੇ ਆਰਡਰ ਕਰਕੇ ਡਿਲੀਵਰੀ ਮੰਗਾਉਂਦੇ ਹਾਂ ਤਾਂ ਇਹ ਤੁਹਾਨੂੰ ਜਿੰਨਾ ਟਾਈਮ ਦੇਣਗੇ ਉਨੇ ਟਾਈਮ ਦੇ ਵਿੱਚ ਤੁਹਾਨੂੰ ਡਿਲੀਵਰੀ ਤੁਹਾਡੇ ਘਰ ਪਹੁੰਚੇ ਹਾਂਜੀ ਉਹਦੇ ਵਿੱਚ ਕਿੱਦਾਂ ਆਪਾਂ 10 ਇੱਥੋਂ ਆਪਾਂ 8 ਮੀਲ ਦੇ ਵਿੱਚ ਕਰ ਦਿੰਦੇ ਹਾਂ ਆਪ ਡਿਲੀਵਰੀ ਕਰਦੇ ਹਾਂ ਅਸੀਂ ਬਹੁਤੀ ਦੂਰ ਤਾਂ ਸਾਡੇ ਹੁਣ ਕਿੱਦਾਂ ਪੁਰਾਣੇ ਕਸਟਮਰ ਵੀ ਆਲਮੋਸਟ ਵੇਨ ਦੇ ਵਿੱਚੋਂ ਵੀ ਆਲਮੋਸਟ ਐਵਰੀ ਡੇ 1-2 ਟੇਬਲ ਜ਼ਰੂਰ ਆਉਂਦੇ ਇੱਥੇ ਖਾਣ ਬਾਕੀ ਕਿੱਦਾਂ ਟੇਕ ਆਊਟ ਲੈਣ ਵੀ ਵੀਕਐਂਡ ਦੇ 5-7 ਟੇਬਲ ਉੱਧਰੋਂ ਸਾਡੇ ਆਉਂਦੇ ਇੱਥੇ ਲੈਣ ਕਿਹੜੇ ਪੁਰਾਣੇ ਕਸਟਮਰ ਆਲਮੋਸਟ ਇੱਧਰ ਆਏ ਜਾਂਦੇ ਲੈਣ ਖਾਣ ਜੀ ਤੇ ਉਮੀਦ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਹੋਰ ਵੀ ਟੇਬਲ ਲੱਗਣਗੇ ਕਿਉਂਕਿ ਇੱਕ ਜ਼ਰੀਆ ਵਾ ਜਿਹੜਾ ਜਸ ਪੰਜਾਬੀ ਦਾ ਮਾਧਿਅਮ ਜਿਹੜਾ ਹੈਗਾ ਵਾ ਤੇ ਜਿਹੜਾ ਸਾਡਾ ਇਹ ਪ੍ਰੋਗਰਾਮ ਹੈਗਾ ਵਾ ਕਾਰੋਬਾਰ ਪੰਜਾਬੀਆਂ ਦੇ ਇਸ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਅਸੀਂ ਆਪਣਾ ਕੰਮ ਕਰਦੇ ਹਾਂ ਉੱਥੇ ਜਿਹੜੇ ਸਾਡੇ ਮਹਿਮਾਨ ਹੁੰਦੇ ਨੇ ਕਾਰੋਬਾਰ ਪੰਜਾਬੀਆਂ ਦੇ ਜਿਹੜੇ ਸਾਡੇ ਨਾਲ ਕਾਰੋਬਾਰੀ ਜੁੜਦੇ ਨੇ ਸਾਡਾ ਇੱਕੋ ਇੱਕ ਮਕਸਦ ਹੁੰਦਾ ਆ ਕਿ ਉਹਨਾਂ ਦੇ ਕਾਰੋਬਾਰ ਨੂੰ ਵਧਾਈਏ ਤੇ ਉਹ ਸਾਡੇ ਨਾਲ ਸਾ ਉਮਰ ਜੁੜੇ ਰਹਿਣ ਤੇ ਜਿੰਨੇ ਵੀ ਸਾਡੇ ਨਾਲ ਹੁਣ ਤੱਕ ਜੁੜੇ ਨੇ ਕਾਰੋਬਾਰ ਪੰਜਾਬੀਆਂ ਦੇ ਵਿੱਚ ਹਮੇਸ਼ਾ ਜੁੜੇ ਰਹਿੰਦੇ ਨੇ ਤੇ ਸਾਡੇ ਨਾਲ ਤੁਸੀਂ ਵੀ ਜੁੜ ਸਕਦੇ ਹੋ ਦਰਸ਼ਕੋ ਕੋਈ ਵੀ ਬਿਜ਼ਨਸ ਹੈ ਕੋਈ ਵੀ ਕਾਰੋਬਾਰ ਹੈ nick@justbroadcasting.com ਦੇ ਉੱਪਰ ਸਾਡਾ ਸੰਪਰਕ ਕਰ ਸਕਦੇ ਹੋ ਵਿੜਾ ਚੱਲਿਆ ਛੋਟੀ ਜਿਹੀ ਬ੍ਰੇਕ ਦਾ ਲੈਣਾ ਛੋਟੀ ਜਿਹੀ ਬ੍ਰੇਕ ਮਿਲਦਾ ਬ੍ਰੇਕ ਤੋਂ ਬਾਅਦ ਸਤਿ ਸ੍ਰੀ ਅਕਾਲ ਦਰਸ਼ਕੋ ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਜੁੜੇ ਹਾਂ ਤੁਹਾਡੇ ਨਾਲ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਜਿੱਥੋਂ ਕਿ ਤੁਸੀਂ ਅਮੈਰੀਕਾ ਦੇ ਵਿੱਚ ਪੂਰੇ ਅਮੈਰੀਕਾ ਦੇ ਵਿੱਚ ਦੇਖਦੇ ਹੋ ਇਹ ਸਾਡੇ ਪ੍ਰੋਗਰਾਮ ਵੱਖਰੇ ਵੱਖਰੇ ਪ੍ਰੋਗਰਾਮ ਆਉਂਦੇ ਨੇ ਜਸ ਪੰਜਾਬੀ ਦੇ ਚੈਨਲ ਦੇ ਉੱਪਰ ਅਤੇ ਜਿੱਥੇ ਅਮੈਰੀਕਾ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਦੇਖਦੇ ਹੋ ਉੱਥੇ ਪੂਰੀ ਦੁਨੀਆ ਦੇ ਵਿੱਚ ਉਹ ਭਾਵੇਂ ਕੈਨੇਡਾ ਆ ਆਸਟ੍ਰੇਲੀਆ ਹੈਗਾ ਨਿਊਜ਼ੀਲੈਂਡ ਹੈਗਾ ਵਾ UAE ਆ UK ਆ
ਇੰਡੀਆ ਹੈਗਾ ਵਾ, ਪਾਕਿਸਤਾਨ ਹੈਗਾ, ਪੂਰੀ ਦੁਨੀਆ ਦੇ ਵਿੱਚ ਸਾਡੇ ਇਹ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਨੇ ਵੱਖਰੇ ਵੱਖਰੇ ਪ੍ਰੋਗਰਾਮ ਦੇ ਵੱਖਰੇ ਵੱਖਰੇ ਟਾਈਮ ਦੇ ਉੱਪਰ, ਤੇ ਤੁਸੀਂ ਵੀ ਇਹਦਾ ਹਿੱਸਾ ਬਣ ਸਕਦੇ ਹੋ। ਤੁਹਾਡਾ ਕੋਈ ਵੀ ਕਾਰੋਬਾਰ ਹੈਗਾ ਵਾ ਤਾਂ ਤੁਸੀਂ ਉਹ ਪੂਰੀ ਦੁਨੀਆ ਦੇ ਵਿੱਚ ਵਿਕਸਿਤ ਕਰ ਸਕਦੇ ਹੋ। ਖਾਸ ਕਰਕੇ ਜਿੱਦਾਂ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ, ਆਪਾਂ ਰੈਸਟੋਰੈਂਟ ਇੰਡਸਟਰੀ ਦੇ ਸਾਡੇ ਮਹਿਮਾਨ ਨੇ ਜਿਹੜੇ ਟੇਸਟ ਆਫ ਇੰਡੀਆ ਰੈਸਟੋਰੈਂਟ, 30 ਸਾਲ ਤੋਂ ਇਸ ਬਿਜ਼ਨਸ ਦੇ ਨਾਲ ਜੁੜੇ ਨੇ, ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਸ ਦੇ ਵਿੱਚ, ਕਿਉਂਕਿ ਅਸੀਂ ਨੈਕਸਟ ਮੰਥ ਜੂਨ 1st ਵੀਕ ਜਾਣਾ ਆ, ਵੇਗਸ ਦੇ ਵਿੱਚ ਇੱਕ ਵੈਡਿੰਗ ਹੈਗੀ ਆ, ਉਹ ਮੁੰਡੇ ਦੀ ਖੁਆਇਸ਼ ਆ ਕਿ ਅਸੀਂ ਵੈਡਿੰਗ ਉੱਥੇ ਕਰਨੀ ਆ ਜਾ ਕੇ, ਤੇ ਉਹ ਸਾਰਾ ਕੁਛ ਅਸੀਂ ਉੱਥੇ ਅਰੇਂਜ ਕਰਨਾ ਵਾ ਜਾ ਕੇ, ਜਾਂ ਇੱਥੋਂ ਅਰੇਂਜ ਕਰਕੇ ਜਾਵਾਂਗੇ। ਤੇ ਉਸੇ ਤਰ੍ਹਾਂ ਹੀ ਕੀ ਹੁੰਦਾ ਆ ਕਿ ਜਦੋਂ ਤੁਸੀਂ ਕਈ ਵਾਰ ਕੀ ਹੁੰਦਾ, ਕਈ ਫੈਮਿਲੀਜ਼ ਹੁੰਦੀਆਂ ਨੇ ਉਹਨਾਂ ਨੂੰ ਅਰੇਂਜ ਕਰਨਾ ਪੈਂਦਾ ਵਾ ਕਿ ਫਿਲਾਡਲਫੀਆ ਏਰੀਏ ਦੇ ਵਿੱਚ ਜਾਂ ਇਸ ਏਰੀਏ ਦੇ ਵਿੱਚ, ਤੇ ਉੱਥੇ ਲੋੜ ਪੈਂਦੀ ਆ ਕੈਟਰਿੰਗ ਦੀ। ਤਾਂ ਇਹ ਮਕਸਦ ਇਹ ਹੈਗਾ ਵਾ ਕਿ ਜਿਹੜੇ ਹੋਰ ਵੀ ਸਾਡੇ ਬਿਜ਼ਨਸਮੈਨ ਰੈਸਟੋਰੈਂਟ ਇੰਡਸਟਰੀ ਵਾਲੇ ਦੇਖਦੇ ਹੋਣਗੇ ਕਿ ਇਹ ਮਕਸਦ ਇਹ ਹੈਗਾ ਵਾ ਕਿ ਇੱਦਾਂ ਦੇ ਪ੍ਰੋਗਰਾਮ ਦੇਣ ਦਾ ਜਾਂ ਰੈਸਟੋਰੈਂਟ ਦੀ ਐਡ ਕਰਨ ਦਾ ਜਸ ਪੰਜਾਬੀ ਦੇ ਉੱਪਰ, ਕਿਉਂਕਿ ਕਈ ਵਾਰ ਕੈਨੇਡਾ ਤੋਂ ਆ ਕੇ ਫੈਮਿਲੀਆਂ ਇੱਥੇ ਮੈਰਿਜਸ ਕਰਾਉਂਦੇ ਨੇ, ਕਈ ਫੰਕਸ਼ਨਸ ਹੁੰਦੇ ਨੇ, ਕਈ ਸੁੱਖ ਦੁੱਖ ਦੇ ਵੀ ਫੰਕਸ਼ਨ ਹੁੰਦੇ ਨੇ, ਦੁੱਖ ਦੇ ਵੀ ਹੁੰਦੇ ਨੇ, ਸੁੱਖ ਦੇ ਵੀ ਹੁੰਦੇ ਨੇ, ਤਾਂ ਉਸ ਦੇ ਵਿੱਚ ਲੋੜ ਪੈਂਦੀ ਆ। ਤਾਂ ਉਸ ਦੇ ਵਿੱਚ ਇਹ ਜਸ ਪੰਜਾਬੀ ਦਾ ਮਾਧਿਅਮ ਹੈਗਾ ਕਿ ਪੂਰੀ ਦੁਨੀਆ ਦੇ ਵਿੱਚ ਜਦੋਂ ਇੱਦਾਂ ਦਾ ਪ੍ਰੋਗਰਾਮ ਕੋਈ ਆਉਂਦਾ ਵਾ, ਇੱਕ ਇੰਟਰੋਡਕਸ਼ਨ ਹੁੰਦੀ ਆ, ਤਾਂ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਜਾਵਾਂਗੇ ਤੇ ਇਹ 30 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਦਾ, ਜਾਂ ਹੋਰ ਵੀ ਕੋਈ ਰੈਸਟੋਰੈਂਟ ਆ ਜਾਂ ਕੋਈ ਵੀ ਬਿਜ਼ਨਸ ਹੈਗਾ ਵਾ, ਤਾਂ ਹੋਟਲ ਹੋਣ ਭਾਵੇਂ ਬੈਂਕੁਏਟ ਹੋਣ, ਤੇ ਉਸ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਬਹੁਤ ਲੋੜ ਪੈਂਦੀ ਹੈਗੀ ਆ। ਇਸ ਲਈ ਅਸੀਂ ਇਸ ਚੀਜ਼ ਨੂੰ ਇਸ ਖਾਸ ਕਰਕੇ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਕਾਫੀ ਸਾਰੀਆਂ ਮੈਰਿਜਸ ਪੋਸਟਪੋਨ ਹੋਈਆਂ ਨੇ, ਕਾਫੀ ਸਾਰੇ ਫੰਕਸ਼ਨਸ ਜਿਹਨੇ ਜਿਹੜੇ ਪੋਸਟਪੋਨ ਹੋਏ ਨੇ, ਤਾਂ ਹੁਣ ਜਦੋਂ ਰੀਓਪਨ ਹੋ ਰਿਹਾ ਵਾ ਸਾਰਾ ਕੁਛ, ਤਾਂ ਉਸ ਦੇ ਵਿੱਚ ਮੇਰੀ ਸਾਡੀ ਇਸ ਪੈਨਸਲਵੇਨੀਆ ਦੀ ਮਾਰਕੀਟ ਦੇ ਵਿੱਚੋਂ ਸਾਡੇ ਜਿਹੜੇ ਪਹਿਲੇ ਮਹਿਮਾਨ ਨੇ, ਤਾਂ ਉਹਨਾਂ ਦਾ ਦੁਬਾਰਾ ਬ੍ਰੇਕ ਤੋਂ ਬਾਅਦ, ਬਲਵਿੰਦਰ ਸਿੰਘ ਜੀ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਆਪਾਂ ਗੱਲ ਕਰ ਰਹੇ ਸੀਗੇ ਕਿ ਜਿਸ ਤਰ੍ਹਾਂ ਕੇਟਰਿੰਗ ਦੀ ਗੱਲ ਆਪਾਂ ਕਰੀਏ ਹੁਣ। ਹਾਂਜੀ ਹਾਂ, ਵੀ ਕਈ ਵਾਰ ਹੁੰਦਾ ਵਾ ਕਿ ਦੂਰੋਂ ਦੂਰੋਂ ਕਈ ਫੈਮਿਲੀਜ਼ ਹੁੰਦੀਆਂ ਨੇ, ਉਹਨਾਂ ਨੂੰ ਕੁਛ ਅਰੇਂਜ ਕਰਨਾ ਪੈਂਦਾ ਵਾ, ਕਈ ਵਾਰ ਹੁੰਦਾ ਕਿ ਜਿੱਦਾਂ ਆਪਣੀ ਕਮਿਊਨਿਟੀ ਦੇ ਵਿੱਚ ਲਾ ਲਈਏ ਆਪਾਂ, ਇਹ ਮੁੰਡੇ ਵਾਲੇ ਆ ਇੱਥੇ ਆ ਤੇ ਇੱਥੇ ਕੁੜੀ ਵਾਲੇ ਆ, ਮੁੰਡੇ ਵਾਲੇ ਆ ਰਹੇ ਆ, ਤਾਂ ਫੰਕਸ਼ਨ ਕਹਿੰਦੇ ਇੱਕ ਜਿਹਾ ਫੰਕਸ਼ਨ ਕਰ ਲਓ, ਹੈ ਨਾ, ਤਾਂ ਉੱਥੇ ਤੁਸੀਂ ਆਪਾਂ ਚੀਜ਼ ਦੀ ਲੋੜ ਪੈਂਦੀ, ਕਿਉਂਕਿ ਬਾਹਰੋਂ ਪਤਾ ਨਹੀਂ ਹੁੰਦਾ ਕਿ ਉੱਥੇ ਕਿਹੜਾ ਕਿਹੜਾ ਰੈਸਟੋਰੈਂਟ ਹੈਗਾ ਵਾ ਜਾਂ ਕਿੱਥੇ ਕੀ ਸਰਵਿਸਿਸ ਹੈਗੀਆਂ ਨੇ, ਤਾਂ ਇਹ ਚੀਜ਼ ਇਸ ਚੀਜ਼ ਦਾ ਬਹੁਤ ਵਾਧਾ ਹੈਗਾ ਵਾ ਜਿਹੜਾ ਕਿ ਆਪਾਂ ਮੀਡੀਆ ਦੇ ਥਰੂ ਜਾਂ ਟੀਵੀ ਦੇ ਥਰੂ ਜਸ ਪਰਿਵਾਰ ਦੇ ਥਰੂ ਆਪਾਂ ਜਦੋਂ ਇੱਦਾਂ ਦੀ ਗੱਲਬਾਤ ਲੈ ਕੇ ਆਉਂਦੇ ਹਾਂ, ਕਿਉਂਕਿ ਪੂਰੀ ਦੁਨੀਆ ਦੇਖਦੀ ਆ। ਕੋਈ ਕੋਈ ਯਾਰ ਉਦਣ ਐਡ ਆਇਆ ਸੀਗਾ ਪ੍ਰੋਗਰਾਮ, ਉਹ ਉਹਨਾਂ ਨਾਲ ਗੱਲ ਕਰਿਓ, ਉਹ ਫੋਨ ਨੰਬਰ ਆਇਆ ਸੀਗਾ ਥੱਲੇ, ਤੇ ਉਹ ਫੋਨ ਨੰਬਰ ਮੈਂ ਲਿਖਿਆ ਵਾ, ਉੱਤੇ ਕਾਲ ਕਰਿਓ, ਤਾਂ ਉਸ ਨੰਬਰ ਤੇ ਜਦੋਂ ਕਾਲ ਕਰਨਗੇ ਤੇ ਉਹ ਆਪਣੇ ਕੋਲ ਕੈਟਰਿੰਗ ਦਾ ਕੀ ਅਰੇਂਜਮੈਂਟ ਆ, ਕੈਟਰਿੰਗ ਦਾ ਆਪਾਂ ਕਿੱਦਾਂ ਆਰਡਰ ਕਿੱਦਾਂ, ਆਪਾਂ ਰੈਸਟੋਰੈਂਟ ਦਾ ਆਪਣੇ ਕੋਲ ਹਲੇ 100 and 150 ਤੱਕ ਹੋ ਜਾਂਦੀ ਆ, ਕਿੱਦਾਂ ਹੁਣ ਮੈਰਿਜ ਦੀ ਹੁੰਦੀ ਆ 500-600 ਪੀਪਲ, ਕਿੱਦਾਂ ਆਰਡਰ ਸਾਰੀ ਅਰੇਂਜਮੈਂਟ ਕਰਦੇ ਅਸੀਂ ਉਹਦੇ ਵਿੱਚ, ਕਿੱਦਾਂ ਬ੍ਰੈਡ ਬਰੂਟ ਕਿੱਦਾਂ ਸਾਰਾ ਕੁਝ ਉੱਥੇ ਜਾ ਕੇ ਬਣਾ ਕੇ ਦੇ ਦਿਆ ਉਹਨਾਂ ਖਾਣਾ। ਕੋਈ ਪਾਰਟੀ ਵਗੈਰਾ ਕੁਛ ਵੀ ਹੋਵੇ, ਤਾਂ ਅਦਰ ਦੈਨ ਆਊਟਡੋਰ ਜਿੱਦਾਂ ਕਿਤੇ ਹੋਰ ਲੋਕੇਸ਼ਨ ਦੇ ਉੱਪਰ ਤੁਸੀਂ ਕੈਟਰਿੰਗ ਕਰਾਉਣਾ ਚਾਹੁੰਦੇ ਆ, ਤੇ ਅਪ ਟੂ 700 ਬੰਦਿਆਂ ਦੀ ਗੈਸਟ ਦੀ ਇਹ ਕੈਟਰਿੰਗ ਕਰ ਦਿੰਦੇ ਆ, ਤਾਂ ਉਸ ਦੇ ਵਿੱਚ ਕੈਟਰਿੰਗ ਦੇ ਵਿੱਚ ਜਿਹੜਾ ਭਾਵੇਂ ਉਹ ਗੁਰੂ ਘਰ ਦੇ ਵਿੱਚ ਵੀ ਮੈਰਿਜਸ ਹੁੰਦੀਆਂ ਨੇ, ਤਾਂ ਉਸਦਾ ਵੀ ਇਹ ਕਰਦੇ ਨੇ, ਤੇ ਜਿਹੜਾ ਗੁਰੂ ਘਰ ਦੀ ਕੈਟਰਿੰਗ ਹੁੰਦੀ ਹੈ ਉਹਦੇ ਵਿੱਚ ਕਿੱਦਾਂ ਆਪਾਂ ਕਰਦੇ ਆ, ਉੱਥੇ ਜਾ ਕੇ ਕੁੱਕ ਕਰਦੇ ਆ, ਕਿਉਂਕਿ ਕਈ ਵਾਰ ਕਈ ਇਨਸਟਰਕਸ਼ਨਸ ਹੁੰਦੀਆਂ ਗੁਰੂ ਘਰ ਦੀਆਂ। ਹਾਂਜੀ, ਆਲਮੋਸਟ ਉੱਥੇ ਜਾ ਕੇ ਕੈਟਰਿੰਗ ਕਰ ਦੇਦੀ ਸਾਰੀ, ਕਿੱਦਾਂ ਗੁਰਦੁਆਰੇ ਜਾ ਕੇ, ਗੁਰਦੁਆਰੇ ਦੀ ਆਲ ਕਿਚਨ ਹੁੰਦੀ ਆ, ਗੁਰਦੁਆਰੇ 'ਚ ਵੀ ਜਾ ਕੇ ਕਰ ਦੇਦੀ ਆ, ਤੇ ਫਿਰ ਹਾਂਜੀ ਗੁਰਦੁਆਰੇ 'ਚ ਵੀ ਕਰ ਦੇਦੀ ਜਾ ਕੇ ਜੀ। ਹਾਂਜੀ, ਤੇ ਬਾਕੀ ਕਿੱਦਾਂ ਹੁਣ ਆਲਮੋਸਟ ਮੈਨੂੰ ਲੱਗਦਾ ਵੀ ਆਲਮੋਸਟ ਮੇਰੇ ਹਿਸਾਬ ਨਾਲ ਹੁਣ 2 ਮਹੀਨਿਆਂ ਤੱਕ ਪਾਰਟੀਆਂ ਆਲਮੋਸਟ ਬੁੱਕ ਹੋਈਆਂ ਵੀ ਆ,
ਜਾਣੀ ਚੱਲਣ ਲੱਗ ਪੂਗੇ ਸੀਜ਼ਨ ਹੋ ਜਾਊਗਾ ਜੀ ਚੇਅਰਸ ਲੱਗੀਆਂ ਨੇ ਅੰਦਰ ਸੀਟਿੰਗ ਅਰੇਂਜਮੈਂਟ ਹੈਗਾ ਵਾ ਤੇ ਉਹ ਜਦੋਂ ਪਾਰਟੀ ਕਈ ਵਾਰ ਆਉਂਦੀ ਆ ਥੋੜਾ ਮੂਵੀ ਕਰ ਦਿੰਦੇ ਆ ਤਾਂ ਦੇ ਆ ਉਹਨੂੰ ਹੋਰ ਵੀ ਐਕਸਟੈਂਡ ਵੀ ਕਰ ਰਹੇ ਨਾ ਤੁਸੀਂ ਇਹਨੂੰ ਹੁਣ ਹਾਂਜੀ ਹਾਂਜੀ ਉਹਨੂੰ ਹੁਣ ਥੋੜਾ ਜਿਹਾ ਆਪਣਾ ਦੁੱਧ ਬੀਕਾ ਤੱਕ ਉਹਦਾ ਲੱਗੇ ਕੰਮ ਸ਼ੁਰੂ ਕਰਨ ਸਾਰਾ ਕਿੱਦਾਂ ਥੋੜਾ ਜਿਹਾ ਨਵੇਂ ਸਟਾਈਲ ਨਾਲ ਕਿੱਦਾਂ ਥੋੜਾ ਉੱਪਰੋਂ ਸੀਲਿੰਗ ਸੀ ਸਾਰਾ ਕੁਝ ਬਣਾ ਕੇ ਜਾਣੀ ਸੋਹਣਾ ਲੱਗੇ ਹਾਲ ਵੀ ਅਗਲੇ ਨੂੰ ਕਿੰਨਾ ਕੁ ਜੀ ਬਹੁਤ ਸੋਹਣਾ ਹੈ ਉਦਾਂ ਵੀ ਮੈਂ ਕਿਉਂਕਿ ਨਵੀਂ ਅੰਦਰੋਂ ਸਾਰੀ ਹੈਗੀ ਆ ਤੁਹਾਡੀ ਨਵਾਂ ਹੀ ਬਣਾਇਆ ਤਿੰਨ ਸਾਹਿਬ ਪਰ ਉਦਾਂ ਥੋੜੇ ਆ ਗਿਆ ਥੋੜੇ ਹੋਰ ਡੈਕੋਰੇਸ਼ਨ ਕਰਾ ਦਿੰਦੇ ਆ ਉੱਪਰੋਂ ਹਾਂਜੀ ਹਾਂਜੀ ਥੋੜੇ ਹੋਰ ਸਪੈਂਸਰ ਥੋੜਾ ਲੱਗੂ ਜਾਣੀ ਵਧੀਆ ਲੱਗੂ ਵਾਲੇ ਨੂੰ ਬਰਥਡੇ ਦੀ ਕਰਨੇ ਨੇ ਪਾਰਟੀ ਥੋੜੇ ਹੋਰ ਵਧੀਆ ਹੋ ਜਾਂਦਾ ਥੋੜੀ ਪਾਰਟੀ ਦਾ ਜੀ ਬਾਕੀ ਆਟੋ ਆਪਾਂ ਕਾਰਟੀ ਇੱਕ ਦਾ ਇੱਥੋਂ ਅਸੀਂ ਆਲਮੋਸਟ ਕਾਫੀ ਦੂਰ ਦੂਰ ਤੱਕ ਵੀ ਕੇਟਰਿੰਗ ਕਰਨ ਜਾਂਦੇ ਹੀ ਜਾਂਦੇ ਆ ਇੱਧਰ ਆਪਣੇ ਰੈਡਿੰਗ ਸਾਈਡ ਹੋ ਗਿਆ ਆਲਮੋਸਟ ਐਲਨਟਾਊਨ ਇੱਧਰ ਸਾਰੇ ਪੁਰਾਣੇ ਸਾਡੇ ਕਸਟਮਰ ਕਿਹੜੇ ਹੈਗੇ ਆਲਮੋਸਟ ਜਾਂਦੇ ਜਾਂਦੇ ਹੈਗੇ ਕਾਫੀ ਕਾਫੀ ਟਾਈਮ ਤੋਂ ਪੁਰਾਣੇ ਕਸਟਮਰ ਹੋ ਆਪਣੇ ਕੋਲ ਜੀ ਕਿਉਂਕਿ ਆਪਾਂ ਦਰਸ਼ਕ ਜਿਹੜੇ ਦੇਖ ਰਹੇ ਉਹਨਾਂ ਨੂੰ ਇਹ ਸਾਡਾ ਦੱਸਣਾ ਫਰਜ਼ ਬਣਦਾ ਆ ਕਿ ਜਿਹੜੀ ਆਪਾਂ ਕੇਟਰਿੰਗ ਹੈਗੀ ਆ ਡਿਲੀਵਰੀ ਤੇ ਚਲੋ ਆਪਾਂ 8 ਮੀਲ ਦੇ ਏਰੀਆ ਚ ਕਰਦੇ ਆ ਥੋੜੀ ਵੱਡੀ ਹੈਗੀ ਆ ਤੇ ਉਹ ਦੂਰ ਦੂਰ ਵੀ ਕਰ ਆਉਂਦੇ ਆ ਪਰ ਜਿੱਦਾਂ ਕੇਟਰਿੰਗ ਹੈਗੀ ਆ ਉਹ ਆਪਾਂ ਕਿੰਨੇ ਕੁਛ ਹੈਗਾ ਆਪਣਾ ਕਿ ਮਾਈਲੇਜ ਦਾ ਕਿ ਇੰਨੀ ਤੱਕ ਹੀ ਜਾਵਾਂਗੇ ਕਿ ਡਿਪੈਂਡ ਕਰਦਾ ਕਿ ਕਿੱਦਾਂ ਦੀ ਕੇਟਰਿੰਗ ਹੈਗੀ ਆ ਕਿੰਨੇ ਬੰਦਿਆਂ ਦੀ ਆ ਬੜੀ ਹੁਣ ਕਿੱਦਾਂ ਕਾਫੀ ਬੜੀਆਂ ਬੜੀਆਂ ਕੇਟਰਿੰਗ ਹੁੰਦੀਆਂ ਕਾਫੀ ਦੂਰ ਦੂਰ ਤੱਕ ਵੀ ਚੱਲ ਜਾਈਦੇ ਆ ਰੈਲੀ ਦਾ ਉੱਥੇ ਇੱਕ ਦਿਨ ਜਾ ਕੇ ਪਹਿਲਾਂ ਬੰਦੇ ਲੈ ਜਾਈਦਾ ਸਟਾਫ ਲੈ ਜਾਈਦਾ ਨਾਲ ਦੋ ਗੱਡੇ ਆਪਣੇ ਕੋਲ ਹੈਗੀ ਆਲਮੋਸਟ ਸਾਰਾ ਸਮਾਨ ਹੈਗਾ ਉੱਥੇ ਜਾ ਕੇ ਵੀ ਆਲਮੋਸਟ ਹਾਲੇ ਤੱਕ ਅਸੀਂ ਕਿੱਦਾਂ ਜਾਣੀ 3 ਘੰਟੇ ਦੀ ਡਰਾਈਵ 3.5 ਘੰਟੇ ਦੀ ਡਰਾਈਵ ਕਰਕੇ ਤਾਂ ਕਰਕੇ ਆਏ ਹੋ ਕੇਟਰਿੰਗ ਰੇਡੀ ਦੂਰ ਤੱਕ ਤਾਂ ਕਾਫੀ ਦੂਰ ਤੱਕ ਹੋ ਜਾਂਦੀ ਹੈ ਜੀ ਕਿਉਂਕਿ ਮੈਂ ਨੋਟਿਸ ਕੀਤਾ ਆ ਕਿ ਜਿਹੜਾ ਮੈਰੀਲੈਂਡ ਦਾ ਏਰੀਆ ਹੈਗਾ ਵਾ ਜਿਹਦੇ ਆਪਾਂ ਇੱਧਰ ਨੂੰ ਉੱਪਰਲੀ ਸਾਈਡ ਚਲੇ ਜਾਈਏ ਉੱਧਰ ਇੰਡੀਅਨ ਰੈਸਟੋਰੈਂਟ ਤੇ ਹੈਗੇ ਆ ਪਰ ਉਹ ਕੈਟਰਿੰਗ ਲੈਵਲ ਦੇ ਨਹੀਂ ਹੈਗੇ ਆ ਤੇ ਉਸ ਦੇ ਵਿੱਚ ਪਿੱਛੇ ਜੇ ਐਕਸਪੀਰੀਅੰਸ ਹੋਇਆ ਸਾਨੂੰ ਇੱਕ ਵੈਡਿੰਗ ਸੀਗੀ ਤਾਂ ਚਲੋ ਉਹਦੇ ਲਈ ਜਿਹੜੀ ਰਿਸੈਪਸ਼ਨ ਵਗੈਰਾ ਤੇ ਕੈਂਸਲ ਹੋ ਗਈ ਪਰ ਜਿਹੜਾ ਗੁਰੂ ਘਰ ਵਾਲਾ ਸੀਗਾ ਥੋੜੇ ਗੈਸਟ ਕਰਕੇ ਬਾਹਰ ਟੈਂਟ ਲਾ ਕੇ ਸਾਰਾ ਕੁਛ ਕੀਤਾ ਤੇ ਉਹ ਕੇਟਰਿੰਗ ਅਰੇਂਜ ਕੀਤੀ ਹਨਾ ਮੈਂ ਦੱਸ ਦਵਾਂ ਦਰਸ਼ਕਾਂ ਨੂੰ ਤੇ ਇਹਨਾਂ ਵੱਲੋਂ ਹੀ ਤੇ ਉਸ ਇੱਥੋਂ ਆਲਮੋਸਟ 3.5 ਘੰਟੇ ਦੀ ਡਰਾਈਵ ਦੇ ਉੱਪਰ ਅਸੀਂ ਕੈਟਰਿੰਗ ਕੀਤੀ ਤੇ ਜਾ ਕੇ ਪੂਰਾ ਪ੍ਰੋਪਰ ਹੌਟ ਫੂਡ ਉਸੇ ਜਗ੍ਹਾ ਤੇ ਸਾਰਾ ਕੁਛ ਗ੍ਰੇ ਜੋ ਵੀ ਜਿਸ ਤਰ੍ਹਾਂ ਵੀ ਅਰੇਂਜ ਹੋਇਆ ਤੇ ਬਹੁਤ ਵਧੀਆ ਰਿਹਾ ਤੇ ਪੂਰਾ ਲਾਈਕ ਪੂਰਾ ਵਧੀਆ ਰਿਹਾ ਕਿ ਸੋ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇੱਥੋਂ ਮੈਰੀਲੈਂਡ ਦੇ ਵਿੱਚ ਕਿਤੇ ਵੀ ਤੁਹਾਨੂੰ ਲੋੜ ਹੈਗੀ ਆ ਤਾਂ ਪੈਨਸਲਵੇਨੀਆ ਦੇ ਵਿੱਚ ਭਾਵੇਂ ਪਿਟਸਬਰਗ ਤੱਕ ਆ ਈਵਨ ਓਹਾਇਓ ਜਿੱਥੇ ਇੱਧਰ ਏਰੀਆ ਆਉਂਦਾ ਆ ਕਿਤੇ ਵੀ ਆ ਤੁਸੀਂ ਫੋਨ ਕਾਲ ਕਰੋ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ ਜ਼ਰੂਰ ਅਰੇਂਜ ਕਰਨਗੇ ਹਾਂਜੀ ਉੱਧਰ ਹੁਣ ਆਪਾਂ ਆਲਮੋਸਟ ਇੱਧਰ ਆਪਣੇ ਆਪਣੇ ਆਹ ਜਿੱਦਾਂ ਸਟੇਟ ਕਾਲਜ ਵਾ ਇੱਧਰ ਨੂੰ ਕਾਫੀ ਕਾਫੀ ਜਾਂਦੇ ਹਾਂ ਅਸੀਂ ਕੇਟਰਿੰਗ ਹੈਗੀ ਉੱਧਰ ਨੂੰ ਕਾਫੀ ਕਰਕੇ ਆਉਂਦੇ ਕੇਟਰਿੰਗ ਅਸੀਂ ਜਾ ਕੇ ਹਾਂਜੀ ਸਰ ਪਤਾ ਕੀ ਆ ਇਹ ਜਿਹੜੇ ਆਪਾਂ ਐਕਸਪੀਰੀਅੰਸ ਕਈ ਆਪ ਕੀਤੇ ਹੁੰਦੇ ਆ ਕਿ ਜਿਹੜੀ ਰੈਸਟੋਰੈਂਟ ਤੇ ਹੈਗੇ ਆ ਬਹੁਤ ਸਾਰੇ ਹੈਗੇ ਆ ਪਰ ਇੱਕ ਕੇਟਰਿੰਗ ਲੈਵਲ ਜਿਹੜਾ ਹੈਗਾ ਨਾ ਉਹ ਦੈਸ ਉਹ ਬੜਾ ਟਫ ਹੈਗਾ ਵਾ ਕਿਉਂਕਿ ਉਸ ਦੇ ਵਿੱਚ ਸਪੈਸ਼ਲ ਡਿਸ਼ਿਸ ਹੁੰਦੀਆਂ ਕਈ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਹਾਂਜੀ ਅੱਛਾ ਅੱਛਾ ਜੀ ਇਹ ਕਾਲਰ ਨੇ ਤਾਂ ਮੈਨੂੰ ਆਵਾਜ਼ ਨਹੀਂ ਆ ਰਹੀ ਸਾਫ ਹੈਲੋ ਹਾਂਜੀ ਕੋਈ ਤੁਹਾਡੇ ਕੋਈ ਕਸਟਮਰ ਸੀਗੇ ਉਹਨਾਂ ਦੀ ਕਾਲ ਸੀਗੀ ਪਰ ਉਹ ਆਵਾਜ਼ ਨਹੀਂ ਸੀ ਸਹੀ ਆ ਰਹੀ ਉਹ ਕੱਟਿਆ ਗਿਆ ਦੁਬਾਰਾ ਕਾਲ ਬੈਕ ਕਰ ਲੈਣਗੇ ਹਾਂਜੀ ਹਾਂਜੀ ਆਪਣੇ ਬੈਨ ਦੇ ਉੱਪਰ ਇਹ ਹਲੇ ਪੁਰਾਣਾ ਐਡਰੈਸ ਵਾ ਉਹਦਾ ਨਵਾਂ ਐਡਰੈਸ ਤਾਂ ਤੁਸੀਂ ਥੱਲੇ ਦਿੱਤਾ ਹੀ ਆ ਇੱਧਰ ਆਪਣਾ ਨਵਾਂ ਫੋਨ ਵੀ ਆਪਣੇ ਇੱਧਰ ਨਵਾਂ ਹੀ ਆ ਉੱਧਰ ਮੇਰਾ ਪੁਰਾਣਾ ਜਿਹੜੇ ਪੁਰਾਣੇ ਫੋਨ ਉਹ ਵੀ ਚੱਲਦਾ ਹੀ ਆਲਮੋਸਟ ਰੱਖੇ ਹੋਏ ਹਾਂਜੀ ਹਾਂਜੀ
ਅੱਛਾ ਵੈਨ ਦੇ ਉੱਪਰ ਐਡਰੈਸ ਪੁਰਾਣਾ ਵਾ ਤੇ ਦਰਸ਼ਕੋ ਤੇ ਜਿਹੜਾ ਨਵਾਂ ਐਡਰੈਸ ਹੈਗਾ ਉਹ ਹੈ ਤੁਹਾਡੇ ਕੋਲ ਮੈਨਿਊ ਫੋਨ ਨੰਬਰ ਵਾਲੇ ਮੈਂ ਰੱਖੀ ਹੋਈ ਆ ਉਹਨਾਂ ਦੇ, ਉਹ ਪੁਰਾਣੇ ਫੋਨ ਨੰਬਰ ਦੋਨੇ ਚੱਲਦੇ ਆ ਮੇਰੇ। ਜੀ ਸੋ ਜਿਹੜੇ ਵੀ ਤੁਸੀਂ ਕਿੰਗੋ ਪਰਸ਼ੀਆ ਜਾਂ ਵੈਨ ਦੇ ਵਿੱਚ ਜਿਹੜੇ ਵੀ ਕਸਟਮਰ ਸੀਗੇ ਤਾਂ ਇਹਨਾਂ ਦੇ ਜਿਹੜੇ ਪੁਰਾਣੇ ਨੰਬਰ ਹੈਗੇ ਨੇ ਉਹਨਾਂ ਤੇ ਵੀ ਤੁਸੀਂ ਕਾਲ ਕਰਕੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਜਿਹੜਾ ਥੱਲੇ ਲਿਖਿਆ ਨੰਬਰ ਆ ਰਿਹਾ ਹੋਵੇਗਾ ਉਹ ਟੇਸਟ ਆਫ ਇੰਡੀਆ 6102052232 ਦੇ ਉੱਪਰ ਕਾਲ ਕਰਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਕਿਸੇ ਵੀ ਤਰੀਕੇ ਦਾ ਕੋਈ ਫੰਕਸ਼ਨ ਹੈ ਭਾਵੇਂ ਤੁਹਾਡੇ ਆਲਮੋਸਟ ਅੱਜ ਕੱਲ੍ਹ ਆਪਣੀ ਕਮਿਊਨਿਟੀ ਇੰਨੀ ਹੋ ਗਈ ਹੈ ਤੇ ਘਰਾਂ ਦੇ ਵਿੱਚ ਵੀ ਪਾਰਟੀਆਂ ਹੋਣ। ਮੇਰੇ ਬੇਟੀ ਦਾ ਬਰਥਡੇ ਸੀਗਾ ਪਿੱਛੇ ਜੇ ਤਾਂ ਉਹ ਮਾਰਚ 17 ਨੂੰ ਤੇ 50-40 ਬੰਦੇ ਘਰ ਦੇ ਹੀ ਹੋ ਜਾਂਦੇ ਆ। ਸੋ ਜੇ ਤੁਹਾਨੂੰ ਉਸ ਘਰ ਦੇ ਵਿੱਚ ਵੀ ਜੇ ਘਰ ਦੀ ਪਾਰਟੀ ਕੋਈ ਹੈਗੀ ਕੇਟਰਿੰਗ ਹੈ ਤੇ ਜਿੱਦਾਂ ਇੱਕ ਹੁੰਦਾ ਨਾ ਕਿ ਆਪਾਂ ਕਹਿੰਦੇ ਕਿ ਕੇਟਰਿੰਗ ਦੇ ਪ੍ਰੋਪਰ ਉਹ ਤੁਸੀਂ ਟ੍ਰੇਆਂ ਮੰਗਾ ਸਕਦੇ ਹੋ ਇਹਨਾਂ ਕੋਲੋਂ ਕੋਈ ਵੀ ਸਪੈਸ਼ਲ ਡਿਸ਼ਿਜ਼ ਦੀਆਂ ਜਾਂ ਕਿਸੇ ਵੀ ਤਰੀਕੇ ਦੀਆਂ ਉਹ ਟ੍ਰੇਆਂ ਵੀ ਇਹ ਸਰਵ ਕਰਦੇ ਨੇ। ਹਾਂਜੀ ਸਰ ਹਾਂਜੀ ਟ੍ਰੇਆਂ ਦਾ ਵੀ ਹੁੰਦਾ, ਹੁਣ 50-60 ਬੰਦੇ ਨੇ ਅਗਰ ਬੜੀ ਟ੍ਰੇ ਮੀਡੀਅਮ ਟ੍ਰੇ ਜੋ ਵੀ ਲੈਣੀ ਉਹ ਵੀ ਕਰ ਦਿੰਦੇ ਨੇ, ਟ੍ਰੇ ਕਰ ਦਿੰਦੇ ਨੇ। ਹਾਂਜੀ ਕਿਉਂਕਿ ਅੱਜ ਕੱਲ੍ਹ ਜਿਹੜੇ ਏਰੀਆ 'ਚ ਤੁਹਾਡਾ ਰੈਸਟੋਰੈਂਟ ਹੈਗਾ ਵਾ ਵੱਡੇ ਖੁੱਲ੍ਹੇ ਘਰ ਨੇ, ਸੋ 50-60 ਬੰਦਿਆਂ ਦੀ ਪਾਰਟੀ ਘਰੇ ਹੀ ਕਰ ਲੈਂਦੇ ਆ ਲੋਕ। ਹਾਂਜੀ ਹਾਂਜੀ ਕਾਫੀ ਉਸ ਦੇ ਵਿੱਚ ਹਾਂ 100-100 ਬੰਦੇ ਦੀ ਵੀ ਕਰ ਲੈਂਦੇ ਕਾਫੀ, ਹੁਣ ਆਲਮੋਸਟ ਇਧਰਲੇ ਪਾਸੇ ਨੂੰ ਕਾਫੀ ਬੜੇ ਬੜੇ ਘਰ ਹੈ, ਘਰਾਂ 'ਚ ਵੀ ਖਾਣਾ ਆਲਮੋਸਟ ਹੁਣ ਸ਼ੁਰੂ ਹੋ ਗਿਆ ਜਾਣਾ ਕੇਟਰਿੰਗ ਆਲਮੋਸਟ, ਜਿੱਦਾਂ ਕਿ ਇਹਨੇ ਨਵਾਂ ਘਰ ਲੈਣਾ ਘਰੇ ਤਾਂ ਚੱਲ ਪਿਆ ਜਾਣਾ ਥੋੜਾ ਥੋੜਾ ਅਗਲੇ ਨਾਲੋਂ ਫਰਕ ਪਿਆ ਕਾਫੀ। ਜੀ ਕਹਿੰਦਾ ਜੀ ਸੋ ਇੱਦਾਂ ਹੁੰਦਾ ਕਈ ਵਾਰਾਂ ਕਿ ਆਪਾਂ ਕੇਟਰਿੰਗ ਦੀ ਗੱਲ ਕਰਦੇ ਪਏ ਕਿ ਜਦੋਂ ਆਪਾਂ ਕਈ ਵਾਰ ਹੁੰਦਾ ਕਿ ਸੁਖਮਣੀ ਸਾਹਿਬ ਦਾ ਪਾਠ ਰੱਖਿਆ ਹੁੰਦਾ ਘਰ 'ਚ ਨਾ, ਹਾਂਜੀ ਤੇ 50 ਬੰਦੇ 60 ਬੰਦੇ 100 ਬੰਦੇ ਹੋ ਗਏ ਤਾਂ ਜੇ ਉਹ ਕਹਿੰਦੇ ਕਿ ਸਾਨੂੰ ਕੇਟਰਿੰਗ ਚਾਹੀਦੀ ਹੈ ਤਾਂ ਸਾਨੂੰ ਉੱਥੇ ਨਾਲ ਜਲੇਬੀ ਵਾਲਾ ਚਾਹੀਦਾ ਵਾ ਤਾਜ਼ੀਆਂ ਉੱਥੇ ਬਣਾਵੇ ਤੇ ਨਾਲ ਸਾਨੂੰ ਤੰਦੂਰ ਚਾਹੀਦਾ ਵਾ ਕਿ ਉਹ ਮਿੱਸੀ ਰੋਟੀ ਇਹ ਉਹ ਸਾਰਾ ਕੁਛ ਉਹ ਤੁਸੀਂ ਅਰੇਂਜ ਕਰਦੇ ਹੋ। ਹਾਂਜੀ ਸਾਰਾ ਕੁਛ ਕਰਦੇ ਆ, ਜਲੇਬੀਆਂ ਵਾਲਾ ਬੰਦਾ ਵੀ ਹੈਗਾ ਆਪਣੇ ਕੋਲ, ਉਹ ਵੀ ਜਾਂਦਾ ਨਾਲ ਉੱਥੇ ਫਰੈਸ਼ ਜਲੇਬੀਆਂ ਬਣਾਉਂਦਾ, ਬਾਕੀ ਕਿੱਦਾਂ ਆਪਾਂ ਤੰਦੂਰ ਸੰਦੂਰ ਆਪਣੇ ਕੋਲ ਸਾਰਾ ਕੁਛ ਹੈਗਾ ਉਹ ਲੈ ਕੇ ਜਾਈਦੇ, ਉੱਥੇ ਜਾ ਕੇ ਲਾ ਦੇਈਦੇ ਆ। ਪਕੌੜੇ ਵੀ ਉਸੇ ਟਾਈਮ ਸਾਰੇ ਗਰਮ ਗਰਮ ਪਕੌੜੇ ਖਾਓ, ਗਰਮ ਗਰਮ ਨਾਨ ਖਾਓ, ਗਰਮ ਗਰਮ ਜਲੇਬੀਆਂ ਵੀ ਬੰਦਾ ਆਪਣੇ ਕੋਲ ਹੈਗਾ। ਜੀ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਕੋਲ ਹੈਗੀਆਂ ਨੇ ਸਾਰੀਆਂ ਹੀ ਸੁਵਿਧਾਵਾਂ ਨੇ, ਜਿੱਦਾਂ ਤੁਸੀਂ ਆਪਾਂ ਗੱਲ ਕਰਦੇ ਹਾਂ ਕਿ ਤੰਦੂਰ ਵੀ ਲੈ ਕੇ ਆਉਂਦੇ ਆ ਤੇ ਮੈਂ ਤਾਂ ਇਹ ਜ਼ਿਕਰ ਕਰ ਰਿਹਾ ਭਾਜੀ ਕਿ ਜਿਹੜਾ ਕਈ ਵਾਰ ਕੀ ਹੁੰਦਾ ਕਿ 200 ਬੰਦੇ ਦੀ ਪਾਰਟੀ ਆ ਜਾਂ ਵੱਡੀ ਪਾਰਟੀ ਹੈਗੀ ਆ ਤਾਂ ਉਸ ਦੇ ਵਿੱਚ ਹੀ ਇਹ ਚੀਜ਼ਾਂ ਪ੍ਰੋਵਾਈਡ ਕਰਦੇ ਆ, ਪਰ ਜੇ ਅਪ 200 ਪੀਪਲ ਕੋਈ ਹੈਗਾ ਵਾ ਇਹਨਾਂ ਦਾ ਤੁਹਾਡਾ ਪ੍ਰੋਗਰਾਮ ਘਰ ਦਾ ਵੀ ਹੈਗਾ ਵਾ ਤੇ ਉੱਥੇ ਵੀ ਇਹ ਪ੍ਰੋਵਾਈਡ ਕਰਦੇ ਨੇ ਤੇ ਦਰਸ਼ਕੋ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਜ਼ਰੂਰ ਹਿੱਸਾ ਬਣ ਸਕਦੇ ਹੋ ਸਾਡੇ ਨਾਲ ਸੰਪਰਕ ਕਰਕੇ nikkarjasbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਵਿੜਾ ਉਹ ਚੱਲਿਆ ਛੋਟੀ ਬ੍ਰੇਕ ਦਾ ਲੈਣਾ, ਛੋਟੀ ਬ੍ਰੇਕ ਮਿਲਦੇ ਆ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਜੁੜੇ ਹਾਂ ਤੁਹਾਡੇ ਨਾਲ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਤੇ ਜੇ ਤੁਸੀਂ ਵੀ ਸਾਡੇ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਸਾਡੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਕਾਰੋਬਾਰ ਪੰਜਾਬੀਆਂ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nikkarjasbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸੰਪਰਕ ਕਰਕੇ। ਤੋ ਤੁਹਾਡਾ ਕੋਈ ਵੀ ਬਿਜ਼ਨਸ ਹੈਗਾ ਵਾ ਕਿਸੇ ਵੀ ਤਰੀਕੇ ਦਾ, ਉਹ ਤੁਸੀਂ ਪੂਰੀ ਦੁਨੀਆ ਤੱਕ ਵਰਲਡ ਵਾਈਡ ਪਹੁੰਚਾ ਸਕਦੇ ਹੋ। ਇੱਕੋ ਇੱਕ ਮਾਧਿਅਮ ਹੈਗਾ ਵਾ ਜਸ ਪੰਜਾਬੀ, ਕਿਉਂਕਿ ਇਹ ਅਮੈਰੀਕਾ ਦਾ ਸਭ ਤੋਂ ਪਹਿਲਾ ਪੰਜਾਬੀ ਚੈਨਲ ਹੈਗਾ ਵਾ ਤੇ ਮੇਰੇ ਖਿਆਲ ਨਾਲ ਹੋਰ ਇਸ ਐਡਾ ਵੱਡਾ ਪਲੈਟਫਾਰਮ ਅਮੈਰੀਕਾ ਦੇ ਵਿੱਚ ਨਹੀਂ ਹੈਗਾ ਵਾ ਤੁਹਾਨੂੰ ਆਪਣੇ ਕਿਸੇ ਵੀ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ। ਸੋ ਅੱਜ ਦੇ ਸਾਡੇ ਜਿਹੜੇ ਮਹਿਮਾਨ ਨੇ ਬਲਵਿੰਦਰ ਸਿੰਘ ਜੀ, ਜਿਹੜੇ ਕਿ ਟੇਸਟ ਆਫ ਇੰਡੀਆ ਦੇ ਓਨਰ ਨੇ, ਸਾਡੇ ਨਾਲ ਜੁੜੇ ਨੇ। ਸਵਾਗਤ ਹੈ ਸਰ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਕੇਟਰਿੰਗ ਦੀ, ਤਾਂ ਉਸ ਦੇ ਵਿੱਚ ਜਿਹੜੀ ਗੱਲ ਆ ਜਾਂਦੀ ਹੈ ਕਿ ਆਪਾਂ ਕਈ ਵਾਰਾਂ ਕੀ ਹੁੰਦਾ ਕਿ ਕਈਆਂ ਕੋਲ ਕੈਪੈਸਿਟੀ ਨਹੀਂ ਹੁੰਦੀ ਐਡੀ ਕਿ ਆਪਾਂ ਵੀ ਮੰਨ ਲਓ ਕਿ 100 ਬੰਦੇ ਦੀ ਘਰ ਦੇ ਪਾਰਟੀ ਹੈਗੀ ਤਾਂ ਅਸੀਂ ਉੱਥੇ ਤੰਦੂਰ ਭੇਜੀਏ ਜਾਂ ਹੋਰ ਸਾਰਾ ਕੁਛ, ਪਰ ਤੁਸੀਂ ਪ੍ਰੋਵਾਈਡ ਕਰਦੇ ਹੋ ਸਾਰਾ ਕੁਛ। ਤਾਂ ਉਸ ਤੋਂ ਇਲਾਵਾ ਜਿੱਦਾਂ ਕਈ ਵਾਰਾਂ ਕੀ ਹੁੰਦਾ ਕਿ ਕਈ ਵਾਰਾਂ ਮਿਕਸ ਕਲਚਰ ਵੈਡਿੰਗਸ ਹੁੰਦੀਆਂ ਨੇ, ਕੋਈ ਸਾਊਥ ਇੰਡੀਆ ਜਾਂ ਗੁਜਰਾਤ ਤੋਂ ਮੁੰਡਾ ਆ ਜਾਂ ਕੁੜੀ ਆ, ਤਾਂ ਪੰਜਾਬੀ ਫੈਮਿਲੀ 'ਚੋਂ ਮੁੰਡਾ ਜਾਂ ਕੁੜੀ ਆ, ਉਹ ਮਿਕਸ ਕਲਚਰ ਵੈਡਿੰਗਸ ਹੁੰਦੀਆਂ ਨੇ। ਤੇ ਤੁਹਾਡੇ ਕੋਲ ਮਿਕਸ ਕਲਚਰ ਵੈਡਿੰਗਸ ਵਾਸਤੇ ਕੀ ਮੈਨਿਊ ਹੈਗਾ ਵਾ? ਲਾਈਕ ਮੰਨ ਲਓ ਕਿ ਆਪਾਂ ਕਹਿ ਦਈਏ ਕਿ ਅੱਜ ਕੱਲ੍ਹ ਜਿੱਦਾਂ ਮਨਚੂਰੀਅਨ ਹੋ ਗਏ, ਡੋਸੇ ਹੋ ਗਏ,
या ईवन मैं देख रहा गया ताडे उहदे विच मेन्यू दे विच कि ईवन पास्ता वगैरह आ भी सारा कुछ तुसीं प्रोवाइड करदे हो। हाँ जी और लाइफ स्टेशन लाई ना पास्ते दा इदा दो तीन तरह दा पास्ता जिदा अपने स्टालिन अप्रोच थोड़े जे अपने इंडियन इंडियन स्टाइल भी कर देता जिदा टिक्के की ग्रेवी होंगी है उहदे नाल ही पास्ता बना के दे दे आ वो बंदा उत्थे राइट वे बनाउंदा जिदा किसी नूं जो जो भी चॉइस होवे विच चीज पाउण दी उस हिसाब नाल बंदा बना के दिंदा वो जी लाइफ ही बना के दूंगा स्टेशन लाउंदा फिर लाइफ बना के देंदा। हाँ जी बाकी जिहड़े तुसीं डोसे दी गल कीती ऑलमोस्ट साडे इधर असीं अपने साउथ इंडियन दी भी केटरिंग करदे आ डोसा दा भी डोसा भी अगले दे घर जाके उत्थे बनाउंदे आ अपने कोल उहदा भी हैगा ग्रिलां हैगियां उत्थे लै जाईदियां उत्थे जाके कि अपने इधर लंकेस्टर इधर साइड नूं अपने काफी लोग केटरिंग अपनी लंच दी जिहड़ी केटरिंग ज्यादा डोसे दी लैंदे आ डोसा हो गया इडली हो गई बड़ा हो गया इदां दी चीजां सांभर दे नाल फिर बना के दे दिंदे आ जां छोले भटूरे हो गए इदां दी चीज नूं बना दी उहनां दी जाके उह वी कर दे दी कैटरिंग। जी क्योंकि भाई जिदा आपां जिदा तुसीं गल लैंकेस्टर दी कीती उस एरिया दी कीती वो वड्डे वड्डे घर ने वो कई बार जिदा वाइनरी वगैरह होंदियां उत्थे पार्टियां चल हुंदियां वा क्योंकि जिहड़ी तुहानूं मैं जिक्र कर रहा सी जिहड़ा वर्जीनिया वाली जिहड़ी पार्टी अपनी कैंसल हुई आ वो हाँ जी वाइनरी दे विच सीगी हाँ तां जी उत्थे खुली जगह हुंदी आ तां उहदे विच दर्शकां दस्सणा चाहांगा कि जिदा लाइव जिहड़े स्टॉल हैगे जिदा इंडिया तुसीं विआहां शादियां दे विच लाइव स्टॉल देखदे हो ਤਾਂ ਇਹ ਆਊਟਡੋਰ ਦੇ ਵਿੱਚ ਵੀ ਲਾਈਵ ਸਟਾਲ ਕਿਸੇ ਵੀ ਤਰੀਕੇ ਦਾ ਹੋਵੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਡੋਸਾ ਹੋਵੇ ਜਲੇਬੀਆਂ ਹੋਣ ਤੰਦੂਰ ਹੋਵੇ ਗੋਲ ਗੱਪੇ ਚਾਟ ਪਾਪੜੀ ਉਹ ਕਈ ਕਈ ਜਿਹੜੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਤੁਸੀਂ ਈਵਨ ਜੇ ਤੁਸੀਂ ਮੈਨਿਊ ਦੇ ਵਿੱਚ ਨਹੀਂ ਵੀ ਹੈਗਾ ਤਾਂ ਤੁਸੀਂ ਇਹਨਾਂ ਕੋਲੋਂ ਜਿੱਦਾਂ ਕਹਿ ਕੇ ਹਟਿਆ ਕਿ ਤੁਹਾਡੇ ਨਾਲ ਮੈਨਿਊ ਦੇ ਵਿੱਚ ਜਿੱਦਾਂ ਸਾਗ ਮੱਕੀ ਦੀ ਰੋਟੀ ਹੋਰ ਕਈ ਚੀਜ਼ਾਂ ਨਹੀਂ ਹੈਗੀਆਂ ਨੇ ਪਰ ਉਹ ਫਿਰ ਵੀ ਉਹ ਜਿਹੜੀਆਂ ਚੀਜ਼ਾਂ ਮੈਨਿਊ ਦੇ ਵਿੱਚ ਨਹੀਂ ਵੀ ਹੈਗੀਆਂ ਉਹ ਵੀ ਪ੍ਰੋਵਾਈਡ ਕਰ ਦਿੰਦੇ ਨੇ ਸੋ ਜਿੱਦਾਂ ਤੁਸੀਂ ਲੈਂਕੈਸਟਰ ਹੋ ਗਿਆ ਯਾਰਕ ਹੋ ਗਿਆ ਉਸ ਏਰੀਏ ਦੇ ਵਿੱਚ ਕਾਫੀ ਇੱਥੋਂ ਲੋਕੀ ਉਧਰ ਫਾਰਮ ਜਿਹੜੇ ਐਵਾਂਡਰੀਆਂ ਦੇ ਵਿੱਚ ਜਾ ਕੇ ਪਾਰਟੀ ਵਗੈਰਾ ਕਰਾਉਂਦੇ ਨੇ ਸੋ ਤੁਹਾਨੂੰ ਉਹ ਲੈਂਕੈਸਟਰ ਏਰੀਆ ਉਹ ਜਿੱਧਰ ਆਪਣੀਆਂ ਇੰਨੀਆਂ ਪੈਨਸਲਵੇਨੀਆ ਦੇ ਪਾਰਟੀਆਂ ਹੁੰਦੀਆਂ ਨੇ ਤਾਂ ਉਹ ਤੁਸੀਂ ਇਹਨਾਂ ਦਾ ਸੰਪਰਕ ਕਰ ਸਕਦੇ ਹੋ ਜਿਸ ਤਰ੍ਹਾਂ ਦਾ ਤੁਸੀਂ ਇੰਡੀਆ ਵਾਲਾ ਮਾਹੌਲ ਉਸ ਤਰ੍ਹਾਂ ਦੇ ਸਟਾਲ ਜਿਸ ਤਰੀਕੇ ਨਾਲ ਤੁਸੀਂ ਕਹੋਗੇ ਉਹ ਸਾਰੇ ਇਹ ਪ੍ਰੋਵਾਈਡ ਕਰਦੇ ਨੇ। ਹਾਂਜੀ ਬਾਕੀ ਹੁਣ ਕਈ ਮੰਦਰ ਹੁੰਦੇ ਆ ਆਪਣੇ ਮੰਦਰਾਂ ਦੇ ਵਿੱਚ ਵੀ ਆਲਮੋਸਟ ਆਪਣੇ ਜ਼ਿਆਦਾ ਹੁਣ ਵੈਜੀਟੇਬਲ ਆਪਣੇ ਡੋਸਾ ਡੋਸੇ ਦੀ ਪਾਰਟੀ ਲੈ ਲੈਂਦੇ ਆ ਉਹ ਵੀ ਜਾ ਕੇ ਕਰਕੇ ਆਉਂਦੇ ਅਸੀਂ ਇੱਧਰ ਸਾਰੇ ਕਰਦੀ ਨੇ ਆਲਮੋਸਟ ਸਾਰੀਆਂ ਪਾਰਟੀਆਂ ਕਿੱਦਾਂ ਵੀ ਮੈਕਸ ਬਾਕੀ ਆਪਣੇ ਖਾਣੇ ਦਾ ਤਾਂ ਉਹੀ ਹੁੰਦਾ ਖਾਣਾ ਦਾ ਆਲਮੋਸਟ ਕਿੱਦਾਂ ਹੁਣ ਪੁਰਾਣੇ ਕਸਟਮਰ ਵੀ ਲੱਗੇ ਉਹਨਾਂ ਨੂੰ ਪਤਾ ਹੀ ਆ ਅਗਲਾ ਫੋਨ ਦੇ ਉੱਪਰ ਆਰਡਰ ਦੇ ਦਿੰਦੇ ਆ ਕਰਦੇ ਦੀ ਆ। ਹਾਂਜੀ ਉਹ ਕਈ ਵਾਰ ਕੀ ਹੁੰਦਾ ਜਿੱਦਾਂ ਤੁਸੀਂ ਗੱਲ ਕੀਤੀ ਪੁਰਾਣੇ ਕਸਟਮਰਸ ਦੀ ਤੇ ਪੁਰਾਣੇ ਕਸਟਮਰ ਜੇ ਲੱਗੇ ਹੁੰਦੇ ਨਾ ਉਹ ਜਿੱਦਾਂ ਹੁਣ ਸਾਡੀ ਵੀ ਆਦਤ ਹੈ ਵੀ ਜੇ ਤੁਹਾਡੇ ਕੋਲ ਆਈਏ ਜਾਂ ਹੋਰ ਕਿਸੇ ਰੈਸਟੋਰੈਂਟ 'ਚ ਆਈਏ ਹੁਣ ਜਿੱਦਾਂ ਤੁਹਾਡਾ ਮਨਚੂਰੀਅਨ ਤੁਹਾਨੂੰ ਬਹੁਤ ਵਧੀਆ ਲੱਗਦਾ ਵਾ ਉਹ ਟਿੱਕਾ ਮਸਾਲਾ ਹੋ ਗਿਆ ਤਾਂ ਹੋਰ ਇੱਕ ਦੋ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਾਂ ਜ਼ਿਆਦਾ ਲਾਈਕ ਕਰਦੇ ਹਾਂ ਜਿਹਨਾਂ ਦੀ ਭਾਈ ਦੀ ਕਾਲ ਆਈ ਉਹ ਵਿੱਚ ਆਵਾਜ਼ ਨਹੀਂ ਉਹ ਕਹਿ ਰਹੇ ਉਹਨਾਂ ਕੋਈ ਦੱਸ ਰਹੇ ਸੀ ਵੀ ਉਹ ਡਿਸ਼ ਇਹਨਾਂ ਦੀ ਬਹੁਤ ਸਪੈਸ਼ਲ ਹੈਗੀ ਆ ਸੋ ਉਹ ਜਿਹੜੀਆਂ ਤੁਹਾਡੀਆਂ ਰੈਗੂਲਰ ਇੱਕ ਸਪੈਸ਼ਲ ਡਿਸ਼ਿਜ਼ ਹੁੰਦੀਆਂ ਨੇ ਜਿਹਦੇ ਉੱਤੇ ਕਸਟਮਰ ਹੁੰਦਾ ਕਿ ਯਾਰ ਇਹ ਮੈਂ ਉੱਥੋਂ ਜਾ ਕੇ ਖਾਣਾ ਉਹ ਕਿਹੜੀਆਂ ਵਾ। ਹਾਂਜੀ ਇਹੀ ਕਿੱਦਾਂ ਹੁਣ ਆਪਾਂ ਵੀਕਐਂਡ ਤੇ ਰੱਖਦੇ ਹਾਂ ਕਾਫੀ ਸਪੈਸ਼ਲ ਡਿਸ਼ਾਂ ਕਿੱਦਾਂ ਹੁਣ ਫ੍ਰੈਂਚ ਟਿੱਕੇ ਵੀ ਹੋ ਗਏ ਉਹ ਵੀ ਕਿਸੇ ਦੇ ਵਧੀਆ ਕਿੱਦਾਂ ਹੁਣ ਆਪਣੇ ਇੱਕ ਹੋਰ ਆਪਣੇ ਸੋਆਬੀਨ ਦੀ ਚਾਪ ਹੁੰਦੀ ਆ ਉਹ ਵੀ ਕਾਫੀ ਚੱਲ ਜਾਂਦੀ ਆ ਬਾਕੀ ਸੋਆਬੀਨ ਦੀ ਚਿੱਲੀ ਚਿਕਨ ਵੀ ਬਣਾ ਦੇ ਦੀ ਆ ਬਾਕੀ ਜੋ ਵੀ ਨਹੀਂ ਵੀ ਮੈਨਿਊ ਚ ਹੁੰਦਾ ਵਾ ਅਸੀਂ ਵੀਕਐਂਡ ਤੇ ਕਿੱਦਾਂ ਸਪੈਸ਼ਲ ਰੱਖਦੇ ਹੀ ਆ। ਹੁਣ ਹਾਂਜੀ ਹੁਣ ਸਿਆਲ ਨਿਕਲ ਗਿਆ ਹੁਣ ਗਰਮੀਆਂ ਆ ਜਾਣੀਆਂ ਗਰਮੀਆਂ ਵਾਲੀ ਥੋੜੀ ਚੇਂਜ ਹੋ ਜਾਂਦੀਆਂ ਚੀਜ਼ਾਂ ਚਾਟਾਂ ਕਿੱਦਾਂ ਪਾਪੜੀ ਚਾਟ ਹੋ ਗਈ ਜਾਂ ਕੋਈ ਪਾਲਕ ਚਾਟ ਹੋ ਗਈ ਵੀਕਐਂਡ ਤੇ ਇੱਦਾਂ ਸਪੈਸ਼ਲ ਉਹ ਲਾ ਦੇ ਦੀਆਂ। ਹੁਣ ਸਿਆਲਾਂ ਚ ਸੀ ਸਿਆਲਾਂ ਚ ਫਿਸ਼ ਹੋ ਗਿਆ ਲੋਸਟਰ ਹੋ ਗਿਆ ਤੰਦੂਰੀ ਚੱਲਦਾ ਜਾਂ ਆਪਣੇ ਤਿੱਤਰ ਇਹ ਵੀ ਬਣਾ ਕੇ ਦੇਈ ਦੇ ਤੰਦੂਰ ਚ ਵੀ ਤਾਂ ਉਦਾਂ ਵੀ ਬਣਾ ਦੇਈ ਦੇ ਆ ਬਾਕੀ ਜਿਹੜੇ ਖਾਣ ਦੇ ਸ਼ੌਕੀਨ ਨੇ ਜੀ ਇਹ ਉਹ ਵੀ ਬਣਾਉਂਦੇ ਨੇ ਹਾਂਜੀ ਤੇ ਗੱਲ ਮੈਂ ਅੱਜ ਕੱਲ ਜਿਹੜਾ ਨਾ ਇੱਕ ਹੋਰ ਮੈਂ ਗੱਲ ਦੱਸ ਦਵਾਂ ਦਰਸ਼ਕਾਂ ਨੂੰ ਮੈਂ ਸ਼ਾਇਦ ਮੇਰੇ ਕੋਲ ਕਲਿੱਪ ਨਹੀਂ ਲਿੱਤਾ ਗਿਆ ਕਿਉਂਕਿ ਜਿੱਦਣ ਮੈਂ ਗਿਆ ਸੀ ਬਾਰਿਸ਼ ਸੀਗੀ ਥੋੜੀ ਤੇ ਇਹਨਾਂ ਕੋਲ ਆਊਟਡੋਰ ਸੀਟਿੰਗ ਵੀ ਹੈਗੀ ਹੈ ਬਾਹਰ ਡੈੱਕ ਹੈਗਾ ਵਾ ਤੇ ਉਹ ਜਿੱਦਾਂ ਹੁਣ ਗਰਮੀਆਂ ਅੱਗੇ ਆ ਰਹੀਆਂ ਨੇ ਵੀ ਆ ਜੇ ਤੁਸੀਂ ਸੇਫ ਨਹੀਂ ਸਮਝਦੇ ਅੰਦਰ ਬੈਠਣਾ ਤੇ ਤੁਸੀਂ ਬਾਹਰ ਬਹਿ ਕੇ ਵੀ ਆਪਣਾ ਲੰਚ ਡਿਨਰ ਇੰਜੋਏ ਕਰ ਸਕਦੇ ਹੋ ਇੱਕ ਇਹ ਵੀ ਬਹੁਤ ਵਧੀਆ ਕਿਉਂਕਿ ਜਿਹੜੇ ਸਿਟੀਜ਼ ਹੈਗੇ ਨੇ ਸਿਟੀ ਦੇ ਵਿੱਚ ਆਊਟਡੋਰ ਹੈਗੀ ਆ ਬਣਾਏ ਨੇ ਲੋਕਾਂ ਨੇ ਆਊਟਡੋਰ ਤੁਸੀਂ ਖਾਂਦੇ ਆ ਪਰ ਉੱਥੇ ਕੀ ਹੁੰਦਾ ਕਿ ਟ੍ਰੈਫਿਕ ਲਾਗੂ ਲੰਘਦਾ ਆ ਮਿੱਟੀ ਕੱਟਾ ਕਈ ਕੁਛ ਪਰ ਜਿੱਥੇ ਇਹਨਾਂ ਦੀ ਜਗ੍ਹਾ ਹੈਗੀ ਆ ਉੱਥੇ ਲਾਗੋ ਕੋਈ ਉਦਾਂ ਦਾ ਹੈ ਨਹੀਂ ਗਾ ਕਿ ਗੱਡੀਆਂ ਲੰਘ ਰਹੀਆਂ ਆ ਕੁਛ ਵੀ ਆ
ਤੁਸੀਂ ਆਪਣਾ ਸੇਫ ਸਾਈਟ ਤੇ ਬੈਠੇ ਆ ਤੇ ਆਊਟਡੋਰ ਈਟਿੰਗ ਵੀ ਕਰ ਸਕਦੇ ਆ। ਤੇ ਜਿੱਥੇ ਤੁਸੀਂ ਗੱਲ ਕੀਤੀ ਨਾ ਸੋਇਆਬੀਨ ਦੀ, ਸੋ ਆਪਣੇ ਅੱਜ ਕੱਲ ਕਾਫੀ ਵੈਜੀਟੇਰੀਅਨ ਕਾਫੀ ਹੋ ਗਏ ਨੇ ਲੋਕ ਵੈਜੀਟੇਰੀਅਨ। ਹਾਂਜੀ ਸੋ ਉਹ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜਾ ਸੋਇਆਬੀਨ ਦੀ ਇਹਨਾਂ ਨੇ ਗੱਲ ਕੀਤੀ ਹੈਗੀ ਆ, ਉਹ ਸੋਇਆਬੀਨ ਲਾਈਕ ਜਿੱਦਾਂ ਆਪਾਂ ਨਿਊਟਰੀਨ ਇੰਡੀਆ ਦੇ ਵਿੱਚ ਨਿਊਟਰੀਨ ਐਗਰ ਹੁੰਦੀ, ਉਸ ਹਿਸਾਬ ਨਾਲ ਉਹ ਵੈਜੀਟੇਰੀਅਨ ਹੀ ਹੁੰਦਾ ਵਾ। ਪਰ ਉਹਨੂੰ ਜਿੱਦਾਂ ਕਈ ਰੈਸਟੋਰੈਂਟ ਦੇ ਵਿੱਚ ਹੁੰਦੀਆਂ ਨੇ ਕਿ ਵੈਜੀਟੇਰੀਅਨ ਡਿਸ਼ਿਜ਼ ਹੁੰਦੀਆਂ ਨੇ, ਤਾਂ ਉਹਦਾ ਨਾਂ ਇਹ ਹੁੰਦਾ ਵਾ ਲਾਈਕ ਚਿਕਨ ਹੈ ਤਾਂ ਦਿਸ ਐਂਡ ਦੈਟ। ਪਰ ਉਹ ਜੇ ਤੁਸੀਂ ਵੈਜੀਟੇਰੀਅਨ ਵੀ ਉਹ ਚੀਜ਼ਾਂ ਚਾਹੁੰਦੇ ਆ ਤਾਂ ਸੋਇਆਬੀਨ ਦੀਆਂ, ਤਾਂ ਜਾਂ ਸੋਇਆਬੀਨ ਦੀਆਂ ਚਾਂਪਾਂ ਵੀ ਹੋਣੀਆਂ ਫਿਰ ਤੁਹਾਡੇ ਕੋਲ। ਹਾਂਜੀ ਉਹ ਸੋਇਆਬੀਨ ਦੀ ਚਾਪ ਬਣਾਉਂਦੇ ਆ ਆਪਾਂ। ਹਾਂਜੀ ਹਾਂਜੀ ਉਹਦਾ ਬੜਾ, ਕਿਉਂਕਿ ਵੈਜੀਟੇਰੀਅਨਸ ਅੱਜ ਕੱਲ੍ਹ ਜਿਹੜੇ ਮੇਨ ਵੈਜੀਟੇਰੀਅਨਸ ਜਿਹੜੇ ਹੈਗੇ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਹਾਂਜੀ ਹਾਂਜੀ ਨਹੀਂ ਨਹੀਂ ਕਿਹੜਾ ਵੈਜੀਟੇਬਲ ਤਾਂ ਹੁਣ ਵੈਜੀਟੇਬਲ ਤੋਂ ਤਾਂ ਆਲਮੋਸਟ ਆਪਾਂ ਵੱਖਰਾ ਹੀ ਰੱਖੀ ਦੀ ਆ, ਤੇਲ ਵੀ ਵੱਖਰਾ ਰੱਖੀ ਦਾ ਤੇ ਥੋੜੇ ਸੇਫ ਹੋ ਜਾਂਦਾ ਵੀ ਅਗਲੇ ਨੂੰ ਤੇਲ ਨਾ ਮਿਕਸ ਹੋਵੇ ਵਿੱਚ ਹਾਂਜੀ। ਅਸੀਂ। ਮੈਂ ਆਪਣਾ ਟਾਈਮ ਹੋ ਚੱਲਿਆ, ਮੈਂ ਵੈਜੀਟੇਰੀਅਨਸ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ ਜਾਣ ਤੋਂ ਪਹਿਲਾਂ ਪਹਿਲਾਂ ਕਿ ਇਹਨਾਂ ਦੀ ਕਿਚਨ ਦੇ ਵਿੱਚ ਜੇ ਤੁਸੀਂ ਜਾ ਕੇ ਕਹਿੰਦੇ ਆ ਕਿ ਅਸੀਂ ਵੈਜੀਟੇਰੀਅਨ ਆ, ਤਾਂ ਤੁਸੀਂ ਕਿਸੇ ਉਹਦੇ ਵਿੱਚ ਨਾ ਰਹੋ ਕਿ ਸ਼ੱਕ ਦੇ, ਕਿਉਂਕਿ ਅਸੀਂ ਕਈਆਂ ਚੀਜ਼ਾਂ ਦੇ ਵਿੱਚੋਂ ਗੁਜ਼ਰਦੇ ਹਾਂ, ਸਾਡੀ ਫੈਮਿਲੀ ਦੇ ਵਿੱਚ ਸਾਰੇ ਵੈਜੀਟੇਰੀਅਨ ਆ, ਇਕੱਲਾ ਮੈਂ ਖਾ ਖੂ ਲੈਂਦਾ ਵਾਂ। ਤੇ ਉਹ ਕਈ ਵਾਰ ਪ੍ਰੋਬਲਮ ਆਉਂਦੀ, ਉਹ ਕਹਿੰਦੇ ਯਾਰ ਉਹ ਕੜਛੀ ਯੂਜ਼ ਕਰ ਦਿੰਦੇ ਆ, ਉਹ ਭਾਂਡੇ ਯੂਜ਼ ਕਰਦੇ, ਉਹ ਤੇਲ ਯੂਜ਼ ਕਰਦੇ ਆ, ਪਰ ਇਹਨਾਂ ਦੇ ਰੈਸਟੋਰੈਂਟ 'ਚ ਉਹ ਕੰਮ ਨਹੀਂ ਹੁੰਦਾ। ਜੇ ਤੁਸੀਂ ਵੈਜੀਟੇਰੀਅਨ ਆ, ਜਾ ਕੇ ਦੱਸੋ ਕਿ ਅਸੀਂ, ਈਵਨ ਤੁਸੀਂ ਫੋਨ ਤੇ ਕਾਲ ਕਰਦੇ ਆ, ਆਰਡਰ ਮੰਗਾਉਂਦੇ ਆ, ਕਹਿ ਦਿਓ ਕਿ ਅਸੀਂ ਵੈਜੀਟੇਰੀਅਨ ਆ ਤੇ ਤੁਹਾਡਾ ਸਪੈਸ਼ਲ ਇੱਕ ਸਾਈਡ ਤੇ ਇਹਨਾਂ ਨੇ ਵੱਖਰਾ ਫਰਾਇਰ ਰੱਖਿਆ ਵਾ, ਵੱਖਰੀ ਭਾਂਡੇ, ਸਾਰਾ ਕੁਝ ਧਿਆਨ ਰੱਖ ਕੇ ਉਸ ਚੀਜ਼ ਦਾ ਕਿ ਤੁਹਾਨੂੰ ਕੋਈ ਉਸ ਤਰੀਕੇ ਨਾਲ ਕਿ ਇਹ ਜਦੋਂ ਜਿਹੜੇ ਵੈਜੀਟੇਰੀਅਨ ਆਪਾਂ ਜਿਹੜੇ ਨਹੀਂ ਖਾਂਦੇ ਪੀਂਦੇ ਉਹਨਾਂ ਨੂੰ ਜੇ ਆਪਾਂ ਇੱਦਾਂ ਕਰੀਏ ਧੋਖ, ਇੱਕ ਬੜਾ ਬਾਰਾ ਵੱਡਾ ਧੋਖਾ ਆ ਰੱਬ ਦੇ ਨਾਲ। ਸੋ ਇਹ ਉਹ ਨਹੀਂ ਕਰਦੇ ਆ, ਉਹ ਤੁਹਾਡਾ ਪੂਰਾ ਧਿਆਨ ਰੱਖਣਗੇ ਜੇ ਤੁਸੀਂ ਵੈਜੀਟੇਰੀਅਨ ਆ। ਸੋ ਜਾਂਦੇ ਜਾਂਦੇ ਕੋਈ ਦਰਸ਼ਕਾਂ ਨੂੰ ਕਹਿਣਾ ਚਾਹੋਗੇ? ਆਪਣਾ ਟਾਈਮ ਹੋ ਗਿਆ ਹੁਣ ਸਰ। ਓਕੇ ਜੀ, ਬਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ। ਹਾਂਜੀ ਦਰਸ਼ਕੋ, ਇਹ ਸੀ ਸਾਡੇ ਨਾਲ ਜੁੜੇ ਅੱਜ ਟੇਸਟ ਆਫ ਇੰਡੀਆ ਤੋਂ ਸਰਦਾਰ ਬਲਵਿੰਦਰ ਸਿੰਘ ਜੀ, ਜਿਹੜੇ ਕਿ 31 ਸਾਲ ਤੋਂ ਇਸ ਬਿਜ਼ਨਸ ਦੇ ਵਿੱਚ ਨੇ। ਇਹਨਾਂ ਦੇ ਬਿਜ਼ਨਸ ਬਾਰੇ ਤੁਹਾਨੂੰ ਅਸੀਂ ਜਿੰਨੀ ਜਾਣਕਾਰੀ ਦਿੱਤੀ ਆ ਉਸ ਦੇ ਉੱਤੇ ਜ਼ਰੂਰ ਧਿਆਨ ਦਿਓ, ਤੇ ਜੇ ਤੁਸੀਂ ਆਪਣੇ ਬਿਜ਼ਨਸ ਬਾਰੇ ਵੀ ਇਸੇ ਤਰ੍ਹਾਂ ਜਾਣਕਾਰੀ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ, ਤੇ ਨਾਮ ਯਾਦ ਰੱਖੋ ਇੱਕ ਨਿੱਕ ਬਾਟ ਜਸ ਪੰਜਾਬੀ ਤੇ ਕਾਰੋਬਾਰ ਪੰਜਾਬੀਆਂ ਦੇ, ਤੇ ਸਾਡੇ ਨਾਲ ਜੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਜੁੜ ਸਕਦੇ ਹੋ nick@justbroadcasting.com ਦੇ ਉੱਪਰ ਤੇ info@justbroadcasting.com ਦੇ ਉੱਪਰ ਜੁੜ ਕੇ ਤੁਸੀਂ ਆਪਣਾ ਕੋਈ ਵੀ ਬਿਜ਼ਨਸ, ਕੋਈ ਵੀ ਕਾਰੋਬਾਰ ਹੈ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ। ਵੇਲਾ ਉਹ ਚੱਲਿਆ ਆ, ਦਿਓ ਇਜਾਜ਼ਤ, ਰੱਬ ਰਾਖਾ।